Kabaddi Nazar, ha ha. ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਬਾਲੀਆ ਸ਼ੋਅ ਵਿੱਚ ਸਵਾਗਤ। ਪਰ ਦੱਸੋ, ਖਬਰਾਂ ਦੇ ਵਿੱਚ ਜਿਹੜੀਆਂ ਨੈਸ਼ਨਲ ਖਬਰਾਂ ਨੇ ਉਹਨਾਂ ਚ ਰਾਸ਼ਟਰਪਤੀ ਨੇ ਕੱਲ ਦੋਨਾਂ ਸਦਨਾਂ ਚ ਭਾਸ਼ਣ ਦਿੱਤਾ ਹੈ, ਉਹਦੀ ਵੀ ਗੱਲ ਕਰਾਂਗੇ ਤੇ ਜੋ ਕੰਟਰੋਵਰਸੀਜ਼ ਸ਼ੁਰੂ ਹੋਈਆਂ ਨੇ ਸੰਗੋਲ ਨੂੰ ਲੈ ਕੇ ਉਹਦੀ ਵੀ ਗੱਲ ਕਰਨੀ ਬਣਦੀ ਹੈ। ਸਸੀ ਥਰੂਰ ਨੇ ਜਦੋਂ ਕਿਹਾ ਜੈ ਸੰਵਿਧਾਨ, ਉਦੋਂ ਸਪੀਕਰ ਸਾਹਿਬ ਨੇ ਕੀ ਕਿਹਾ ਤੇ ਉਦੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕੀ ਕਿਹਾ, ਇਹ ਸਾਰੀ ਗੱਲਬਾਤ ਕਰਨੇ ਆ ਤੇ ਨਾਲ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਸਪੀਕਰ ਨੂੰ ਮਿਲ ਕੇ ਕਹਿੰਦੇ ਆ ਜਿਹੜਾ ਐਮਰਜੈਂਸੀ ਵਾਲਾ ਮਤਾ ਲਿਆਉਣ ਦੀ ਕੀ ਲੋੜ ਸੀ। ਇਹ ਗੱਲਾਂ ਨੈਸ਼ਨਲ ਜਿਹੜਾ ਹੈ ਉਸ ਖਬਰਾਂ ਦੇ ਵਿੱਚ ਲਵਾਂਗੇ, ਲੇਕਿਨ ਦੋ ਤਿੰਨ ਖਬਰਾਂ ਜਿਹੜੀਆਂ ਬਹੁਤ ਅਹਿਮ ਪੰਜਾਬ ਦੇ ਮਾਮਲੇ ਚ। ਇੱਕ ਤਾਂ ਦੋਨੇ ਧੜੇ, ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਧੜਾ ਤੇ ਦੂਜੇ ਪਾਸੇ ਬਾਗੀ ਧੜਾ, ਦੋਨਾਂ ਨੇ ਮੀਟਿੰਗਾਂ ਵੀ ਕੀਤੀਆਂ ਤੇ ਪ੍ਰੈਸ ਕਾਨਫਰੰਸ ਵੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਧੜੇ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਜੋ ਇਹ ਕਹਿਣਾ ਕਿ ਅਸੀਂ ਜਲੰਧਰ ਪੱਛਮੀ ਤੋਂ ਆਪਣੇ ਕੈਂਡੀਡੇਟ ਦੀ ਨਹੀਂ, ਅਸੀਂ ਤਾਂ BSP ਦੀ ਮਦਦ ਕਰਨੀ ਹੈ, ਜਿਹੜੀ ਹੁਣ ਤੱਕੜੀ ਚੋਣ ਨਿਸ਼ਾਨ ਦੀ ਉਹ ਮਦਦ ਨਹੀਂ ਕਰਨਗੇ। ਸੁਰਜੀਤ ਕੌਰ ਵਿਚਾਰੀ ਨੂੰ ਕੱਲਾ ਛੱਡਤਾ ਸ਼੍ਰੋਮਣੀ ਅਕਾਲੀ ਦਲ ਨੇ, ਉਹਦੀ ਗੱਲ ਕਰਾਂਗੇ। ਤੇ ਗੱਲ ਇੱਕ ਇਹ ਵੀ ਕਰਨੀ ਹੈ ਕਿ ਜੋ ਕਹਿੰਦੇ ਸੀ ਕਿਤੇ ਕੋਈ ਐਸੀ ਸਾਜਿਸ਼ ਤਾਂ ਨਹੀਂ, ਜੋ ਅਰਚਨਾ ਮਕਵਾਨਾ ਉਹ ਕੁੜੀ ਜਿਹਨੇ ਸੀ ਸ਼ਾਸਨ ਕੀਤਾ ਸੀ ਉਹ ਕਿਸੇ ਸਾਜਿਸ਼ ਅਧੀਨ ਕਿਸੇ ਨੇ ਭੇਜੀ ਤਾਂ ਨਹੀਂ, ਉਹਨੂੰ ਸਿਕਿਉਰਿਟੀ ਵੀ ਦਿੱਤੀ ਗਈ। ਹੁਣ ਉਹ ਮਾਫੀਆ ਮੰਗਣ ਤੋਂ ਬਾਅਦ ਉਹ ਤਾਂ ਸਿੱਧਾ ਚੈਲੇਂਜ ਕਰ ਰਹੀ ਹੈ ਕਿ ਨੋਟਸ ਵਾਪਸ ਲੈ ਲਓ, ਨਹੀਂ ਲੈਂਦੇ ਤਾਂ ਲੜਾਈ ਲੜੋ। ਇਹ ਸਾਰੇ ਦੇ ਵਿੱਚ ਜਿਹੜਾ ਜਗਮੋਹਨ ਸਿੰਘ ਰਾਜੂ, ਸਾਬਕਾ IAS ਅਫਸਰ, ਭਾਰਤੀ ਜਨਤਾ ਪਾਰਟੀ ਦਾ ਲੀਡਰ, ਜਿਹੜਾ ਇੱਕ ਵਾਰੀ ਚੋਣ ਵੀ ਹਾਰ ਚੁੱਕਿਆ ਹੈ ਲੋਕ ਸਭਾ ਦੀ, ਉਸਨੇ ਕਿਹਾ ਕਿ ਜੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਦੀ ਆਗਿਆ ਦਿੱਤੀ ਜਾ ਸਕਦੀ ਹੈ ਹਰਿਮੰਦਰ ਸਾਹਿਬ ਦੇ ਵਿੱਚ, ਤਾਂ ਯੋਗਾ ਕਰਨ ਦੀ ਆਗਿਆ ਕਿਉਂ ਨਹੀਂ। ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਬਾਹਰ ਆਈਆਂ ਨੇ ਉਹਦੀ ਵੀ ਗੱਲ ਕਰਾਂਗੇ। ਜਸਵੰਤ ਸਿੰਘ ਜਫਰ ਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਤੇ ਕੀ ਕਿਹਾ ਜਾਂ ਕੀ ਭਾਸ਼ਾ ਵਿਭਾਗ ਦਾ ਹੋਣਾ ਚਾਹੀਦਾ, ਪੰਜਾਬ ਸਰਕਾਰ ਵੱਲੋਂ ਕਿੰਨੇ ਕੁ ਫੰਡ ਦੇਣ ਦੀ ਲੋੜ ਹੈ, ਇਹ ਵੀ ਗੱਲ ਕਰਨੀ ਹੈ। ਵੱਡੀ ਖਬਰ ਜਿਹੜੀ ਹੈ ਉਹ ਕ੍ਰਿਕਟ ਦੇ ਮਾਮਲੇ ਦੇ ਵਿੱਚ, ਭਾਰਤ ਜਿਹੜਾ ਹੈ ਉਹ ਫਾਈਨਲ ਚ ਪਹੁੰਚ ਗਿਆ T20 ਦੇ। 10 ਸਾਲ ਬਾਅਦ ਉਹ T20 ਵਰਲਡ ਕੱਪ ਦੇ ਫਾਈਨਲ ਚ ਪਹੁੰਚਿਆ। ਇਹ ਗੱਲ ਕਰਾਂਗੇ। ਹਾਕੀ ਦੀ ਵੀ ਗੱਲ ਕਰਨੀ ਪੈਂਦੀ ਹੈ, ਅਸੀਂ ਗੇਮ ਤਾਂ ਹਾਕੀ ਹੈ ਪੰਜਾਬੀਆਂ ਦੀ। ਪੰਜਾਬ ਜਿਹੜੀ ਪੈਰਿਸ ਓਲੰਪਿਕ ਚ ਇੰਡੀਆ ਦੀ ਟੀਮ ਜਾ ਰਹੀ ਹੈ, ਉਹਦੇ ਵਿੱਚ 10 ਖਿਡਾਰੀ ਨੇ ਪੰਜਾਬ ਦੇ, ਉਹਨਾਂ ਦਾ ਜ਼ਿਕਰ ਕਰਦੇ ਹਾਂ ਆਪਾਂ। ਤੇ ਬਾਕੀ ਅਮਰੀਕਾ ਘੱਟ ਗਿਣਤੀਆਂ ਬਾਰੇ ਕੀ ਕਹਿੰਦਾ ਹੈ, ਇਹ ਵੀ ਗੱਲ ਕਰਨੀ ਬਣਦੀ ਹੈ ਤੇ ਕਰਾਂਗੇ। ਤੇ ਨਾਲ 5 ਉਹ ਦੇਸ਼ਾਂ ਦਾ ਜ਼ਿਕਰ ਕਰਾਂਗੇ ਜਿੱਥੇ ਇੱਕ ਆਨਾ, ਇੱਕ ਦਾਣਾ ਵੀ ਨਹੀਂ ਪੈਦਾ ਹੁੰਦਾ ਜਿਹੜਾ ਹੈ ਅਨਾਜ ਦਾ, ਬਾਹਰੋਂ ਵਿਖਾਉਂਦੇ ਨੇ ਸਭ ਕੁਛ, ਦੇਸ਼ ਬਹੁਤ ਵਧੀਆ ਨੇ, ਇਹਦੀ ਵੀ ਗੱਲ ਕਰਾਂਗੇ। ਆ ਬਹੁਤ ਸਾਰੇ ਵੈਸੇ ਪੈਨਸ਼ਨਾਂ ਲੈਂਦੇ ਰਹੇ, 44 ਕਰੋੜ ਰੁਪਇਆ ਵਾਪਸ ਕਰਾਇਆ, ਇਹ ਸਾਰੀ ਗੱਲਬਾਤ ਕਰਦੇ ਹਾਂ। ਤੇ ਹੋਰ ਵੀ ਕਈ ਖਬਰਾਂ ਨੇ ਜਿੰਨਾ ਵਕਤ ਮਿਲਿਆ ਆਪਾਂ ਗੱਲ ਕਰਾਂਗੇ, ਲੇਕਿਨ ਪਹਿਲਾਂ ਬਹੁਤ ਬਰੀਫ ਜੇ ਨੈਸ਼ਨਲ ਖਬਰਾਂ ਲੈ ਲਈਏ
ਤੇ ਫਿਰ ਆਪਾਂ ਡਿਟੇਲ ਚ ਖਬਰ ਲਵਾਂਗੇ ਜਿਹੜੀ ਆ ਪੰਜਾਬ ਨਾਲ ਸੰਬੰਧਿਤ। ਦੇਖੋ ਜਿਹੜੀ ਰਾਸ਼ਟਰੀ ਖਬਰ ਬਣਦੀ ਹੈ ਉਹ ਤਾਂ ਤੁਸੀਂ ਲਗਾਤਾਰ ਅੱਜ ਕੱਲ੍ਹ ਕਿਉਂਕਿ ਸੈਸ਼ਨ ਥਰ ਵੀ ਲੋਕ ਸਭਾ ਦਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚ ਜਦੋਂ ਪਹਿਲੀ ਵਾਰ ਦੋਨੇ ਜਿਹੜੇ ਸਦਨ ਜੁੜਦੇ ਨੇ ਜਾਂ ਉਦੋਂ ਫਿਰ ਰਾਸ਼ਟਰਪਤੀ ਭਾਸ਼ਣ ਦਿੰਦਾ ਹੁੰਦਾ। ਰਾਸ਼ਟਰਪਤੀ ਦਾ ਭਾਸ਼ਣ ਮਤਲਬ ਰਾਸ਼ਟਰਪਤੀ ਦਾ ਮੂੰਹ ਹੁੰਦਾ, ਜ਼ਬਾਨ ਹੁੰਦੀ ਹੈ, ਲਿਖਿਆ ਸਰਕਾਰ ਵੱਲੋਂ ਹੁੰਦਾ ਤੇ ਉਹ ਤਾਂ ਮੇਰੀ ਸਰਕਾਰ। ਇੱਥੇ ਤਾਂ ਪੰਜਾਬ ਦੇ ਵਿੱਚ ਜਦੋਂ ਗਵਰਨਰ ਸਾਹਿਬ ਨਾਲ ਨਹੀਂ ਵੀ ਬਣਦੀ ਸੀ ਤਾਂ ਵੀ ਉਹਨਾਂ ਨੂੰ ਕਹਿਣਾ ਪਿਆ ਸੀ ਕਿ ਮੇਰੀ ਸਰਕਾਰ, ਤੇ ਇੱਥੇ ਉਹਨਾਂ ਨੇ ਭਾਸ਼ਣ ਪੜਿਆ ਜੋ ਸਰਕਾਰ ਨੇ ਲਿਖ ਕੇ ਦਿੱਤਾ ਸੀ। 50 ਮਿੰਟ ਦਾ ਭਾਸ਼ਣ ਸੀ ਤੇ ਜਿਹਦੇ ਵਿੱਚ ਉਹਨਾਂ ਨੇ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਤੇ ਕਈ ਕਿਸਮ ਦੀਆਂ ਗੱਲਾਂ ਨੂੰ ਲੁਕੋਇਆ, ਬਿਲਕੁਲ ਉਹਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਜਿਵੇਂ ਮਨੀਪੁਰ ਦੇ ਵਿੱਚ ਕੋਈ ਸ਼ਾਂਤੀ ਦੇ ਮਾਮਲੇ ਚ ਮਨੀਪੁਰ ਦਾ ਨਾਂ ਨਹੀਂ ਲਿਆ, ਅਗਨਵੀਰ ਦਾ ਨਾਂ ਨਹੀਂ ਲਿਆ, ਹੋਰ ਕਈ ਗੱਲਾਂ। ਹਾਂ, ਕੁਛ ਪੇਪਰ ਲੀਕ ਹੋਏ ਨੇ ਜਿਹੜੇ ਉਹਦਾ ਜ਼ਿਕਰ ਜ਼ਰੂਰ ਕਿਹਾ ਕਿ ਜਿਹੜੀ ਮੇਰੀ ਸਰਕਾਰ ਹੈ ਉਹ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਲਾਉ, ਇਹ ਵੀ ਕਿਹਾ। ਐਮਰਜੈਂਸੀ ਤੇ ਅੱਜ ਕੱਲ੍ਹ ਬਹੁਤ, ਪਹਿਲਾਂ ਮੋਦੀ ਸਾਹਿਬ, ਫਿਰ ਓਮ ਬਿਰਲਾ ਤੇ ਫਿਰ ਰਾਸ਼ਟਰਪਤੀ, ਕਿ ਜਿਹੜਾ ਹੈ ਉਹਨਾਂ ਨੇ 27 ਜੂਨ ਨੂੰ ਭਾਸ਼ਣ ਦਿੱਤਾ ਤੇ 25 ਜੂਨ 1975 ਦਾ ਜ਼ਿਕਰ ਕਰਕੇ ਤੇ ਕਿਹਾ ਕਿ ਉਹ ਸੰਵਿਧਾਨ ਤੇ ਹਮਲਾ। ਇਹ ਸਿੱਧੇ ਤੌਰ ਤੇ ਅਸਲ ਦੇ ਵਿੱਚ ਜਿਹੜਾ ਹੈ ਜਵਾਬ ਦੇਣ ਦੀ ਕੋਸ਼ਿਸ਼ ਹੈ ਰਾਹੁਲ ਗਾਂਧੀ ਜਾਂ ਵਿਰੋਧੀ ਧਿਰ ਨੂੰ ਕਿ ਤੁਸੀਂ ਸੰਵਿਧਾਨ ਕਰਦੇ ਹੋ, ਸੰਵਿਧਾਨ ਦੀਆਂ ਧੱਜੀਆਂ ਤਾਂ ਇੰਦਰਾ ਗਾਂਧੀ ਨੇ ਉਡਾਈਆਂ ਸੀ। ਵੈਸੇ ਉਹਨਾਂ ਨੇ ਫੌਜ ਬਾਰੇ ਗੱਲ ਤਾਂ ਕੀਤੀ, ਲੇਕਿਨ ਇਹ ਵੀ ਕਿਹਾ ਕਿ ਸਾਡੇ ਕੋਲ ਜਿਹੜਾ ਹੈ ਅਸੀਂ ਫੌਜ ਨੂੰ ਬਿਲਕੁਲ ਨਵਾਂ ਨਕੋਰ ਬਣਾਵਾਂਗੇ, ਨਵਾਂ ਸਮਾਨ ਖਰੀਦ ਰਹੇ ਹਾਂ, ਲੇਕਿਨ ਅਗਨੀਵੀਰ ਬਾਰੇ ਕੋਈ ਗੱਲ ਨਹੀਂ। 1 ਲੱਖ ਕਰੋੜ ਤੋਂ ਜ਼ਿਆਦਾ ਡਿਫੈਂਸ ਮੈਨੂਫੈਕਚਰਿੰਗ ਦੀ ਗੱਲ ਤਾਂ ਹੋਈ ਦ੍ਰੋਪਦੀ ਮੁਰਮੂ ਵੱਲੋਂ, ਲੇਕਿਨ ਅਗਨੀਵੀਰ ਦੀ ਕੋਈ ਗੱਲ ਨਹੀਂ ਹੋਈ। ਤੇ 3 ਕਰੋੜ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਜਿਹੜਾ ਜਿਹੜੀ ਮੁਹਿੰਮ ਚਲਾਈ ਆ ਉਹਦਾ ਜ਼ਿਕਰ ਜ਼ਰੂਰ ਕੀਤਾ। ਕਿਸਾਨਾਂ ਦੇ ਮਾਮਲੇ 'ਚ ਤਾਂ ਉਹਨਾਂ ਨੇ ਬੜਾ ਦੱਸਿਆ ਕਿ ਦੇਖੋ ਅਸੀਂ MSP ਵਧਾਤੀ ਹੈ, ਪਹਿਲਾਂ ਰਿਕਾਰਡ MSP ਵਧਾਈ ਹੈ, ਉਹ ਭਾਈ ਵਧਾਉਣ ਦੀ ਗੱਲ ਨਹੀਂ, ਗੱਲ ਤਾਂ ਖਰੀਦ ਗਰੰਟੀ ਦੀ ਹੈ। ਤੇ ਕਹਿੰਦੇ ਮੇਰੀ ਸਰਕਾਰ ਨੇ 3,20,000 ਕਰੋੜ ਸਨਮਾਨ ਨਿਧੀ ਦੇ ਚੁੱਕੀ ਹੈ, ਹੁਣ ਵੀ ਦਿੱਤੇ ਨੇ। ਫਿਰ ਪਬਲਿਕ ਟਰਾਂਸਪੋਰਟ ਤੇ ਵੀ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੇ ਬਾਰੇ ਗੱਲ ਕੀਤੀ ਕਿ ਜਿਹੜਾ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਾ ਚੋਣ ਜਿਹੜੀ ਹੈ ਜੋ ਹੋਈ ਹੈ ਦੇਸ਼ ਦੇ ਵਿੱਚ ਉਹਦੀ ਪ੍ਰਸ਼ੰਸਾ ਇਲੈਕਸ਼ਨ ਕਮਿਸ਼ਨ ਦੀ ਕੀਤੀ ਹੈ। ਵਿਰੋਧੀ ਧਿਰਾਂ ਨੂੰ ਪੁੱਛ ਕੇ ਦੇਖੋ ਵੀ ਇਲੈਕਸ਼ਨ ਕਮਿਸ਼ਨ ਕਿੰਨਾ ਕੁ ਨਿਰਪੱਖ ਸੀ। ਬਾਕੀ ਗਰੀਬਾਂ ਦੇ ਮਾਮਲੇ 'ਚ ਵੀ ਬੋਲਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ, ਜਿਵੇਂ ਮੈਂ ਕਿਹਾ ਸੀ ਮੈਂ ਤਾਂ ਬਹੁਤ ਬਰੀਫ ਤੁਹਾਡੇ ਨਾਲ ਗੱਲ ਕਰੂੰਗਾ। ਤੇ ਆਪਾਂ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਹੁਣ ਸੰਸਦ ਦਾ ਕੰਮ ਸ਼ੁਰੂ ਹੋ ਗਿਆ, ਅੱਜ ਹੋ ਜਾਣਾ। ਖੜਗੇ ਸਾਹਿਬ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਮੀਟਿੰਗ ਹੋਈ ਦੀ ਹੈ ਗੱਠਜੋੜ ਦੀ, ਤੇ ਉਹਨਾਂ ਨੇ ਕਿਹਾ ਕਿ ਆਪਾਂ ਕਰਨਾ ਕੀ ਹੈ। ਤੇ ਉਹਦੇ ਵਿੱਚ ਨੀਟ ਦਾ ਮੁੱਦਾ, ਅਰਵਿੰਦ ਕੇਜਰੀਵਾਲ, ਅਹਿਮਦ ਸ਼ਰੇਨ, ED, CBI ਇਹ ਸਾਰੇ ਇਸ਼ੂਜ਼ ਤੇ ਗੱਲਬਾਤ ਹੋਈ ਤੇ ਲੱਗਦਾ ਅੱਜ
ਜਦੋਂ ਸੰਸਦ ਸ਼ੁਰੂ ਹੋਊਗੀ ਉਹਦੇ ਚ ਨੀਟ ਦਾ ਮੁੱਦਾ ਵੀ ਉਠਾਇਆ ਜਾਊ ਕਿ ਇਹ ਸਾਰੇ ਮੁੱਦੇ ਉਠਾਏ ਜਾਣਗੇ। ਦੇਖੋ ਇੱਕ ਜਿਹੜਾ ਸੰਗੋਲ ਨੂੰ ਬੜਾ ਮੱਥਾ ਟੇਕਿਆ ਸੀ ਮੋਦੀ ਸਾਹਿਬ, ਕਰਦੇ ਤਾਂ ਇਹੀ ਜੇ ਮੋਦੀ ਸਾਹਿਬ, ਹਾਲਾਂਕਿ ਪੁਰਾਣਾ ਬਹੁਤ ਮਿਹਨਤ, ਜਿਹੜੇ ਕੋਵਿਡ ਜਦੋਂ ਚੱਲਦਾ ਸੀ ਉਦੋਂ ਵੀ ਨਵਾਂ ਜਿਹੜੀ ਸੰਸਦ ਭਵਨ ਹੈ ਉਹਦੀ ਤਿਆਰੀ ਰੁਕੀ ਨਹੀਂ ਸੀ, ਕਿਉਂਕਿ ਮੋਦੀ ਸਾਹਿਬ ਦਾ ਆਪਣਾ ਪ੍ਰੋਜੈਕਟ ਸੀ। ਮੋਦੀ ਸਾਹਿਬ ਨੇ ਤਾਂ ਘੱਟ ਨੂੰ ਕਰਨਾ ਸੀ, ਮੋਦੀ ਸਾਹਿਬ ਨੇ ਦਿਖਾਉਣਾ ਸੀ, ਇਤਿਹਾਸ ਚ ਨਾਂ ਲਿਖਾਉਣਾ ਸੀ ਕਿ ਦੇਖੋ ਨਰਿੰਦਰ ਮੋਦੀ ਦੇ ਵੇਲੇ ਇਹ ਜਿਹੜਾ ਭਵਨ ਬਣਾਇਆ ਗਿਆ, ਤੇ ਉੱਥੇ ਫਿਰ ਉਹਨਾਂ ਨੇ ਇੱਕ ਸਿੰਗੋਲ ਰੱਖਿਆ। ਸਿੰਗੋਲ ਕੀ ਹੁੰਦਾ ਹੈ? ਜੇ ਆਪਾਂ ਉਹਨੂੰ ਹਿੰਦੀ ਚ ਦੇਖੀਏ ਉਹਦਾ ਮਤਲਬ ਹੁੰਦਾ ਰਾਜਦੰਡ। ਰਾਜਦੰਡ ਮਤਲਬ ਰਾਜੇ ਦਾ ਡੰਡਾ। ਇਹ ਰਾਜੇ ਦਾ ਡੰਡਾ ਉੱਥੇ ਲਾਇਆ ਹੋਇਆ ਸਪੀਕਰ ਦੀ ਕੁਰਸੀ ਦੇ ਪਿੱਛੇ, ਤੇ ਉਹਦੇ ਬਾਰੇ ਲਗਾਤਾਰ ਰੌਲਾ ਪਿਆ। ਕੱਲ ਵੀ ਸਮਾਜਵਾਦੀ ਪਾਰਟੀ ਦੇ ਮੈਂਬਰ ਨੇ ਆਰ ਕੇ ਚੌਧਰੀ, ਉਹ ਕਹਿੰਦੇ ਸੰਗੋਲ ਦਾ ਮਤਲਬ ਕੀ ਹੈ? ਇੱਥੇ ਸੰਵਿਧਾਨ ਰੱਖੋ, ਇਹ ਡੰਡੇ ਨਾਲ ਥੋੜੀ ਚੱਲਦਾ ਦੇਸ਼, ਦੇਸ਼ ਸੰਵਿਧਾਨ ਨਾਲ ਚੱਲਦਾ। ਯਾਨੀ ਇਸ ਇਸ਼ੂ ਤੇ ਵੀ ਗੱਲ ਹੋਈ। ਇਸ਼ੂ ਤਾਂ ਇੱਕ ਹੋਰ ਵੀ ਉਭਰਿਆ ਗੱਲ, ਉਹ ਸੀ ਸੱਸੀ ਤਰੂਰ ਦਾ। ਸੱਸੀ ਤਰੂਰ ਨੇ ਸਹੁੰ ਚੁੱਕੀ, ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਜੈ ਸੰਵਿਧਾਨ ਕਿਹਾ, ਤੇ ਫਿਰ ਸਪੀਕਰ ਸਾਹਿਬ ਓਮ ਬਿਰਲਾ ਨੇ ਟਿੱਪਣੀ ਕੀਤੀ, ਕਹਿੰਦੇ ਸੰਵਿਧਾਨ ਦੀ ਤਾਂ ਸਹੁੰ ਚੁੱਕੀ ਹੈ। ਲੇਕਿਨ ਇਹ ਤੇ ਫਿਰ ਇਤਰਾਜ਼ ਕੀਤਾ ਚਾਰ ਵਾਰ ਦੇ MP ਨੇ ਦਵਿੰਦਰ ਹੁੱਡਾ ਹਰਿਆਣਾ ਤੋਂ, ਤੇ ਜਿਸ ਤਰੀਕੇ ਨਾਲ ਵੈਸੇ ਕੱਲ ਝਿੜਕਿਆ, ਬੈਠੋ ਇਹ ਕਹਿ ਕੇ ਝਿੜਕਿਆ ਜਿਵੇਂ ਸਕੂਲ ਚ ਟੀਚਰ ਝਿੜਕਦਾ ਹੁੰਦਾ ਹੈ, ਔਰ ਉਹਨਾਂ ਨਾਲੋਂ ਜ਼ਿਆਦਾ ਵਾਰ ਉਹ MP ਬਣੇ ਨੇ ਹੁੱਡਾ ਸਾਹਿਬ, ਇਹ ਕੋਈ ਗੱਲ ਚੰਗੀ ਨਹੀਂ ਲੱਗੀ, ਲੋਕਾਂ ਨੂੰ ਨਹੀਂ ਚੰਗੀ ਲੱਗੀ। ਔਰ ਵੈਸੇ ਲੋਕ ਇਹ ਪੁੱਛਦੇ ਨੇ ਮੀਡੀਆ ਚ ਜਦੋਂ ਹੁਣ ਇਹ ਗੱਲ ਚੱਲਦੀ ਹੈ ਕਿ ਇਸ ਤਰ੍ਹਾਂ ਦੀ ਗੱਲ ਉਹ ਕਿਸੇ ਸੱਤਾਧਾਰੀ ਧਿਰ ਦੇ ਮੈਂਬਰ ਨਾਲ ਕਰ ਲੈਣਗੇ, ਇਹ ਸਾਰਾ ਕੁਝ ਵਿਰੋਧੀ ਧਿਰ ਦੇ ਨਾਲ ਹੀ ਕਰ ਰਹੇ ਨੇ ਜਿਹੜੇ ਸਪੀਕਰ ਸਾਹਿਬ। ਫਿਰ ਪ੍ਰਿਅੰਕਾ ਗਾਂਧੀ, ਉਹਨਾਂ ਦਾ ਐਕਸ ਤੇ ਕਮੈਂਟ ਮੈਂ ਦੇਖ ਰਿਹਾ ਸੀ, ਕਹਿੰਦੇ ਭਾਰਤ ਕੀ ਸੰਸਦ ਮੇਂ ਜਬ ਸੰਵਿਧਾਨ ਨਹੀਂ ਬੋਲਾ ਜਾ ਸਕਤਾ ਤਾਂ ਫਿਰ ਹੁਣ ਕੀ ਕਿਆ ਕੀਆ ਜਾ ਸਕਦਾ। ਸੰਸਦ ਮੇਂ ਪਤਾ ਸੱਤਾ ਪਕਸ਼ ਕੋ ਅਸੰਸਦੀਯ ਔਰ ਅਸੰਵਿਧਾਨਿਕ ਨਾਅਰੇ ਲਗਾਨੇ ਸੇ ਰੋਕਾ ਨਹੀਂ ਜਾਤਾ। ਯਾਨੀ ਜੇ ਤਾਂ ਕੋਈ ਸੱਤਾਧਾਰੀ ਧਿਰ ਕੋਈ ਨਾਅਰੇ ਲਾਉਂਦੀ ਹੈ ਜੈ ਹਿੰਦੂ ਰਾਸ਼ਟਰ ਜਾਂ ਕੁਛ ਹੋਰ, ਉਹਨੂੰ ਤਾਂ ਰੋਕਦੇ ਨਹੀਂ। ਇਹਨਾਂ ਨੇ ਜੈ ਸੰਵਿਧਾਨ ਕਿਹਾ ਤੇ ਜਿਹੜਾ ਹੈ ਵਿਰੋਧੀ ਧਿਰ ਉਹਨੂੰ ਰੋਕਿਆ ਜਾ ਰਿਹਾ। ਮਤਲਬ ਕਿ ਲਗਾਤਾਰ ਓਮ ਬਿਰਲਾ ਸਪੀਕਰ ਤਾਂ ਬਣ ਗਏ, ਪਹਿਲੇ ਦਿਨ ਤੋਂ ਜਿਸ ਤਰੀਕੇ ਨਾਲ ਅਖਿਲੇਸ਼ ਯਾਦਵ, ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੱਖਪਾਤੀ ਹੋ, ਤੁਸੀਂ ਠੀਕ ਨਹੀਂ ਕਰ ਰਹੇ। ਕੱਲ ਵੀ ਜਦੋਂ ਰਾਹੁਲ ਗਾਂਧੀ ਵੈਸੇ ਤਾਂ ਕਰਸ਼ੀ ਕੌਰ ਜੀ ਨੂੰ ਕਹਿੰਦੇ ਹਨ ਮਿਲਣ ਗਏ, ਨਾਲ ਉਹਨਾਂ ਦੇ ਇੰਡੀਆ ਗੱਠ ਜੋੜ ਦੇ ਬੰਦੇ ਵੀ ਸੀ, ਮੈਂ ਫੋਟੋ ਦੇਖੀ, ਲੇਕਿਨ ਇਹ ਗੱਲ ਉੱਥੇ ਵੀ ਕਹੀ ਉਹਨਾਂ ਨੇ, ਕਹਿੰਦੇ ਕੀ ਲੋੜ ਸੀ ਤੁਹਾਨੂੰ ਐਮਰਜੈਂਸੀ ਦਾ ਪਤਾ ਲੈ ਕੇ ਆਉਣ ਦੀ? ਉਹ ਠਿੱਠ ਕਰਨਾ ਚਾਹੁੰਦੇ ਸੀ ਨਾ ਕਿ ਮੌਨ ਖੜੇ ਹੋਵੋ, ਇਹਨਾਂ ਦੀ ਦਾਦੀ ਦੇ ਖਿਲਾਫ ਸੀ ਜਿਹੜਾ ਹੈ ਰਾਹੁਲ ਗਾਂਧੀ। ਲੇਕਿਨ ਪਹਿਲੀ ਵਾਰ ਮੈਂ ਦੇਖਿਆ ਕਿ ਰਾਹੁਲ ਗਾਂਧੀ ਜਾਂ ਵਿਰੋਧੀ ਧਿਰ ਦਾ ਨੇਤਾ ਇਹ ਆਪਣੇ ਆਪ ਜਿਹੜੀ ਗੱਲ ਹੁੰਦੀ ਹੈ ਉਹ ਜਿਸ ਤਰੀਕੇ ਨਾਲ ਉਹ ਪੇਸ਼ ਕੀਤੀ ਜਾ ਰਹੀ ਹੈ ਉਹ ਸੰਸਦ ਦੇ ਵਿੱਚ ਇੱਕ ਨਵੇਂ ਆਗਾਜ਼ ਦੀ ਜਿਹੜਾ ਹੈ ਸੰਕੇਤ ਤਾਂ ਨਜ਼ਰ ਆਉਂਦਾ ਹੈ। ਖੈਰ ਇਹ ਤਾਂ ਕੁਛ ਖਬਰਾਂ ਬੜੀ ਬਰੀਫ ਚ ਤੁਹਾਨੂੰ ਰਾਸ਼ਟਰੀ ਖਬਰਾਂ ਜਿਹਨੂੰ ਅਸੀਂ ਮੰਨਦੇ ਹਾਂ, ਅੰਤਰਰਾਸ਼ਟਰੀ ਨੂੰ ਅਖੀਰ ਚ ਗੱਲ ਕਰਾਂਗੇ। ਲੇਕਿਨ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ। ਪੰਜਾਬ ਦੇ ਵਿੱਚ ਵੀ ਜਿਹੜੀ ਅੱਜ ਕੱਲ੍ਹ
ਜ਼ਿਆਦਾ ਸਪੇਸ ਸੋਸ਼ਲ ਮੀਡੀਆ ਤੇ ਵੀ ਤੇ ਮੇਨ ਸਟ੍ਰੀਮ ਮੀਡੀਆ ਜਾਂ ਰੀਜਨਲ ਮੀਡੀਆ ਤੇ ਵੀ ਅਕਾਲੀ ਲੈ ਰਹੇ ਨੇ। ਅਕਾਲੀ ਧੜੇ ਵੈਸੇ ਤਾਂ ਸੱਚਮੁੱਚ ਬੜੀ ਅਜੀਬ ਜੀ ਗੱਲ ਹੈ, 28 ਸਾਲ ਹੋ ਗਏ, ਮਤਲਬ ਕਿ ਜਿਵੇਂ ਨੰਬਰਦਾਰੀ ਹੁੰਦੀ ਹੈ ਨਾ ਕਿਸੇ ਪਰਿਵਾਰ ਤੋਂ ਚੜ੍ਹਦੀ ਰਹਿੰਦੀ ਹੈ, ਖਾਨਦਾਨੀ ਹੁੰਦੀ ਹੈ, ਬਿਲਕੁਲ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੰਬਰਦਾਰੀ ਬਣ ਗਈ। ਤੁਸੀਂ ਦੇਖੋ 96 ਚ ਪ੍ਰਕਾਸ਼ ਸਿੰਘ ਬਾਦਲ ਬਣੇ, 2008 ਤੋਂ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ, 16 ਸਾਲ ਹੋ ਗਏ ਸੁਖਬੀਰ ਸਿੰਘ ਬਾਦਲ ਤੋਂ। ਉਸ ਤੋਂ ਬਾਅਦ 17 ਦੀ ਇਲੈਕਸ਼ਨ ਆਉਂਦੀ ਹੈ, 19 ਦੀ ਇਲੈਕਸ਼ਨ ਆਉਂਦੀ ਹੈ, 22 ਦੀ ਇਲੈਕਸ਼ਨ ਆਉਂਦੀ ਹੈ, 24 ਦੀ ਇਲੈਕਸ਼ਨ, ਤੇ ਲਗਾਤਾਰ ਜਿਹੜਾ ਕਹਿ ਰਿਹਾ ਸੀ ਬਾਗੀ ਧੜਾ ਅਰਸ਼ ਤੋਂ ਫਰਸ਼ ਵੱਲ ਨੂੰ ਜਾ ਰਿਹਾ, ਲੇਕਿਨ ਕੁਰਸੀ ਨਹੀਂ ਛੱਡਣੀ, ਕਿਉਂਕਿ ਮੰਤਰ ਵੱਡੇ ਬਾਦਲ ਸਾਹਿਬ ਬਾਪੂ ਜੀ ਦੇ ਗਏ ਸੀ ਪੁੱਤ ਨੂੰ ਕਿ ਭਾਈ ਤੂੰ ਕੁਰਸੀ ਨਹੀਂ ਛੱਡਣੀ, ਜੇ ਇੱਕ ਵਾਰੀ ਤੂੰ ਪ੍ਰਧਾਨਗੀ ਛੱਡਤੀ ਤਾਂ ਫਿਰ ਤੇਰੇ ਦੁਬਾਰਾ ਨਹੀਂ ਕਿਸੇ ਦੇ ਨੇੜੇ ਲੱਗਣ ਦੇਣੀ। ਇਹ ਚੱਲ ਰਿਹਾ ਹੁਣ, ਇਹਨਾਂ ਦੇ ਲਈ ਲੜਾਈ ਚੱਲ ਰਹੀ ਹੈ, ਬੜੀ ਅਜੀਬ ਕਿਸਮ ਦੀ ਲੜਾਈ ਹੋਈ ਹੈ। ਹੁਣ ਜਿਹੜਾ ਬਾਦਲ ਜਾਂ ਸੁਖਬੀਰ ਧੜਾ, ਦੇਖੋ ਧੜਿਆਂ ਦੀ ਜੇ ਆਪਾਂ ਗੱਲ ਕਰਦੇ ਹਾਂ, ਇਹਨਾਂ ਨਾਲ ਇਹਨਾਂ ਦੇ ਬਣਾਏ ਹੋਏ ਹਲਕਾ ਇੰਚਾਰਜ, ਜ਼ਿਲ੍ਹਾ ਜਥੇਦਾਰ, ਜਿਹੜੇ ਵੀ ਨਾਮਜ਼ਦ ਕੀਤੇ ਨੇ, ਉਹ ਤਾਂ ਨਾਲ ਨੇ, ਜਾਂ ਕਹਿ ਦਿਓ ਕੈਡਰ ਤਾਂ ਨਾਲ ਹੈ ਸੁਖਬੀਰ ਸਿੰਘ ਬਾਦਲ ਦੇ, ਲੀਡਰ ਜ਼ਿਆਦਾ ਦੂਜੇ ਪਾਸੇ ਨੇ ਦੋਨੇ ਧੜਾਂ ਦੀ। ਜਦੋਂ ਆਪਾਂ ਹੁਣ ਇੱਥੇ ਤਾਂ ਬੈਠੇ ਸੀ, ਜਦੋਂ ਪ੍ਰੈਸ ਕਾਨਫਰੰਸ ਹੋਈ ਉਹਦੇ ਚ ਡਾਕਟਰ ਦਲਜੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਅਰਸ਼ਦੀਪ ਸਿੰਘ ਕਲੇਰ, ਦੋ ਤਾਂ ਬਿਲਕੁਲ ਨਵੇਂ ਨੇ। ਤੇ ਦੂਜੇ ਪਾਸੇ ਜਦੋਂ ਮੈਂ ਦੇਖ ਰਿਹਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਨਾਲ ਉਹਨਾਂ ਦੇ ਸੁਰਜੀਤ ਸਿੰਘ ਰੱਖੜਾ, ਸੁਖਵਿੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਬਡਾਲਾ, ਪਰਮਿੰਦਰ ਸਿੰਘ ਢੀਂਡਸਾ, ਚਲੋ ਉੱਧਰ ਦੋ ਬੰਦੇ ਨਵੇਂ ਲਾ ਸਕਦੇ ਹਾਂ, ਚਰਨਜੀਤ ਸਿੰਘ ਬਰਾੜ ਤੇ ਹਰਿੰਦਰ ਸਿੰਘ ਪਾਲ ਸਿੰਘ ਚੰਦੂ ਮਾਜਰਾ। ਹੁਣ ਜੇ ਤਾਂ ਲੀਡਰਾਂ ਦੀ ਗੱਲ ਦੇਖੀਏ ਤਾਂ ਬਾਗੀ ਧੜੇ ਕੋਲ ਸੀਨੀਅਰ ਲੀਡਰ ਜ਼ਿਆਦਾ ਨੇ। ਜਦੋਂ ਕੱਲ੍ਹ ਦੋਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੀ ਬੜੀ ਅਜੀਬ ਜਿਹੀ ਸਥਿਤੀ ਪੈਦਾ ਕਰਤੀ ਸ਼੍ਰੋਮਣੀ ਅਕਾਲੀ ਦਲ। ਪਹਿਲਾਂ ਤਾਂ ਦੇਤੀ ਇੱਕ ਵਰਕਰ ਨੂੰ ਟਿਕਟ, ਸੁਰਜੀਤ ਕੌਰ ਨੂੰ, ਲੀਡਰ ਨਹੀਂ ਦਿੱਤੀ, ਉਹ ਸੁਰਜੀਤ ਕੌਰ ਨੂੰ ਟਿਕਟ ਦੇਤੀ। ਦੇਖੋ ਇਹ ਦਲਿਤ ਭਾਈਚਾਰੇ ਨਾਲ, ਕਿਉਂਕਿ ਰਿਜ਼ਰਵ ਕੰਸਟੀਚੁਐਂਸੀ ਹੈ, ਉਹਨੇ ਆਪਦੀ ਲੜਾਈ ਸ਼ੁਰੂ ਕਰਤੀ ਤੇ ਵੋਟਾਂ ਮੰਗਣੀਆਂ ਸ਼ੁਰੂ ਕਰਤੀ ਹੈ। ਕੱਲ ਇਹਨਾਂ ਨੇ ਬੜਾ ਹੈਰਾਨੀ ਦੀ ਗੱਲ ਹੈ, ਪਹਿਲਾਂ ਤਾਂ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਜਿਹੜਾ ਕੁਲਵੰਤ ਸਿੰਘ, ਉਹ ਬਚ ਗਿਆ, ਉਹ ਥੋੜੀ ਹੇਰਾਫੇਰੀ ਹੋਈ, ਉਹ ਜਾ ਕੇ ਜਿਹੜਾ ਚੋਣ ਅਧਿਕਾਰੀ ਨੂੰ ਕਹਿੰਦੇ ਜੀ ਅਸੀਂ ਵਾਪਸ ਲੈਣੇ ਆ, ਦੇਖੋ ਉਹਨੇ ਲਿਖ ਕੇ ਦਿੱਤਾ। ਇਹਨੂੰ ਕਿਹਾ ਵੀ ਗਿਆ ਸੁਰਜੀਤ ਕੌਰ ਨੂੰ ਵੀ ਤੁਸੀਂ ਜਿਹੜਾ ਹੈ ਵਾਪਸ ਲੈ ਲਓ ਆਪਦੇ ਕਾਗਜ਼, ਤੇ ਇਹ ਕਹਿੰਦੀ ਵੀ ਹੁਣ ਨਹੀਂ ਅਸੀਂ ਵਾਪਸ ਲੈ ਸਕਦੇ, ਦੇਖੋ ਮੈਂ ਤਾਂ ਕੰਮ ਕਰ ਲਿਆ, ਮੈਂ ਤਾਂ ਲੋਕਾਂ ਨੂੰ ਵੀ ਕਹਿਤਾ, ਚਲੋ ਜੋ ਵੀ ਹੋਇਆ। ਉਦੋਂ ਬਾਅਦ ਕੀ ਹੋਇਆ ਕਿ ਇਹ ਚਲੇ ਗਏ ਚੋਣ ਅਧਿਕਾਰੀ ਕੋਲ ਵੀ ਮੈਂ ਨਹੀਂ ਵਾਪਸ ਲੈਣੇ, ਇਹਦਾ ਮਤਲਬ ਇਹ ਖੜੀ ਹੈ, ਚੋਣ ਨਿਸ਼ਾਨ ਹੈਗਾ ਤੱਕੜੀ। ਤੇ ਦੂਜੇ ਪਾਸੇ ਅਕਾਲੀ ਦਲ ਕਹਿੰਦਾ ਵੀ ਅਸੀਂ ਮਦਦ ਕਰਨੀ ਹੈ ਇਹਦੀ, BSP ਦੀ, ਮਤਲਬ ਵੀ ਜਿਸ ਸਥਿਤੀ ਹੈ, ਜਿਹੜੇ ਚੋਣ ਨਿਸ਼ਾਨ ਤੇ ਸੁਰਜੀਤ ਕੌਰ ਲੜ ਰਹੀ ਹੈ ਉਦੋਂ ਇਹਨਾਂ ਨੇ ਇਹ ਵਾਪਸ ਲੈ ਲਏ। ਸੁਰਜੀਤ ਕੌਰ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਤੁਸੀਂ ਬੈਠੇ ਦੇਖ ਰਹੇ ਹੋ, ਨਾਲ ਸੁਖਵਿੰਦਰ ਸਿੰਘ ਰਾਜਪਾਲ ਬੈਠੇ ਨੇ, ਇਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਵੀ ਅਸੀਂ ਲੜਾਂਗੇ, ਸਾਡੇ ਕੋਲ ਪੈਸਾ ਭਾਵੇਂ ਨਹੀਂ, ਸੁਰਜੀਤ ਕੌਰ ਕਹਿੰਦੀ, ਤਾਂ ਹੀ ਉਹਨੇ ਕਿਹਾ ਮਦਦ ਦੀ ਮੰਗ ਕੀਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਤੋਂ। ਅਸਲ ਦੇ ਵਿੱਚ ਪੈਸੇ ਦੇ ਨਾਲੋਂ ਮਦਦ ਇਹ ਹੈ ਕਿ ਜਿਵੇਂ ਉਹ ਜਿੱਤੇ ਨੇ ਪੈਸਾ, ਤਾਂ ਹੁਣ ਅੰਮ੍ਰਿਤਪਾਲ ਕੋਲ ਜਿਹੜਾ ਡਿਕਲੇਅਰ ਕੀਤਾ 1000 ਰੁਪਇਆ ਸੀ ਸਾਰਾ, ਤੋ ਇਹ ਸੁਰਜੀਤ ਕੌਰ ਨੇ ਜਿਹੜੀ ਇਹ ਮੰਗ ਕੀਤੀ ਹੈ ਤਾਂ
ਮਤਲਬ ਉਹ ਲੋਕਾਂ ਦੀ ਮੰਗ ਹੈ ਕਿ ਆਮ ਲੋਕ ਜਿਵੇਂ ਇਹਨਾਂ ਦੀ ਮਦਦ ਕਰ ਰਹੇ ਸੀ, ਮੇਰੀ ਵੀ ਮਦਦ ਕਰੋ, ਮੈਂ ਵੀ ਇਕੱਲੀ ਛੱਡਤਾ ਸ਼੍ਰੋਮਣੀ ਅਕਾਲੀ ਦਲ। ਬੜੀ ਦਿਲਚਸਪ ਸਥਿਤੀ ਬਣੀ ਹੋਈ ਹੈ। ਦੇਖੋ ਗੱਲ ਇਹ ਹੈ ਕਿ 28 ਵਰਿਆਂ ਤੋਂ ਜਿਹਦੇ ਕੋਲ, ਜਿਸ ਪਰਿਵਾਰ ਕੋਲ ਹੋਵੇ ਪ੍ਰਧਾਨਗੀ, ਉਹ ਕਿੱਥੇ ਛੱਡਦਾ? ਜਿਤਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ, ਉਹਨਾਂ ਦਾ ਤਾਂ ਬਿਲਕੁਲ ਹੀ ਨਹੀਂ ਕਰਦਾ। ਤੇ ਉਹਦੇ ਲਈ ਕੱਲ੍ਹ ਦਲਜੀਤ ਸਿੰਘ ਚੀਮਾ ਕਹਿ ਰਹੇ ਸੀ, ਹੁਣ ਅਸੀਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਉਹਨਾਂ ਦੀ ਸਪੋਰਟ ਦੇ ਵਿੱਚ, ਜਿਹਦੇ ਵਿੱਚ ਯੂਥ ਅਕਾਲੀ ਦਲ, ਫਿਰ 1 ਜੁਲਾਈ ਨੂੰ ਇਸਤਰੀ ਅਕਾਲੀ ਦਲ, ਫਿਰ ਐਸੀ ਬਿੰਗ, ਤੇ ਸਭ ਨੂੰ ਅਸੀਂ ਬੁਲਾ ਕੇ ਉਹਨਾਂ ਤੋਂ ਭਰੋਸੇ ਦੀ ਵੋਟ ਲੈ ਲੈਣੀ ਹੈ। ਭਾਈ ਇਹ ਬਿੰਗ ਤਾਂ ਇਹਨਾਂ ਦੇ ਬਣਾਏ ਹੋਏ ਨੇ, ਇਹ ਤਾਂ ਭਰੋਸੇ ਦੀ ਵੋਟ ਦੇਣਗੇ। ਗੱਲ ਤਾਂ ਲੋਕਾਂ ਦੇ, ਵਰਕਰਾਂ ਦੇ ਭਰੋਸਾ ਜਿੱਤਣ ਦੀ ਗੱਲ ਹੈ। ਉਹ ਕਦੋਂ ਹੋਊ ਜਾਂ ਕਦੋਂ ਜਿੱਤੇ ਜਾਓ ਜਾਂ ਕਿਵੇਂ ਜਿੱਤੇ ਜਾਓ, ਉਹ ਤੇ ਮੰਥਨ ਕਰਨ ਦੀ ਲੋੜ ਹੈ। ਹੋਣਾ ਤਾਂ ਇਹ ਚਾਹੀਦਾ ਸੀ। ਲੇਕਿਨ ਚਲੋ, ਡਾਕਟਰ ਦਲਜੀਤ ਸਿੰਘ ਚੀਮਾ ਨੇ ਦੋਵੇਂ ਗੱਲਾਂ ਦੱਸਦੀਆਂ ਕਿ ਸੁਰਜੀਤ ਕੌਰ ਸਾਡੀ ਉਮੀਦਵਾਰ ਨੇ, ਔਰ ਦੂਜੇ ਪਾਸੇ ਅਸੀਂ BSP ਦੀ ਮਦਦ ਕਰ ਰਹੇ ਹਾਂ। ਵੈਸੇ ਵੋਟਾਂ ਕਿੰਨੀਆਂ ਕੁ ਪੈਂਦੀਆਂ ਨੇ ਕੋਈ ਪਤਾ ਨਹੀਂ। ਜੇ ਲੋਕ ਖੜਦੇ ਨੇ, ਆਪਾਂ ਦੇਖਿਆ ਨੀ ਕਿਸਾਨ ਅੰਦੋਲਨ ਚ, ਇੱਕ ਬੰਦੇ ਦੇ ਰੋਂਦੇ ਦੇ ਅੱਥਰੂ ਰਕੇਸ਼ ਟਕੈਤ ਦੇ ਅੰਦੋਲਨ ਦੁਆਰਾ ਖੜਾ ਕਰਤਾ ਸੀ। ਆਪਾਂ ਬਾਕੀ ਕਈ ਥਾਵਾਂ ਤੇ ਦੇਖਿਆ ਕੁਛ ਵੀ ਹੋ ਸਕਦਾ ਹੁੰਦਾ। ਲੇਕਿਨ ਇਹ ਸਥਿਤੀ ਜਿਹੜੀ ਅਕਾਲੀ ਦਲ ਨੇ ਬਣਾਈ ਹੈ, ਬੜੀ ਅਜੀਬ ਬਣਾਈ ਹੈ। ਵੈਸੇ ਸੱਚੀ ਗੱਲ ਤਾਂ ਇਹੀ ਹੈ ਕਿ ਕਿਉਂ ਇੰਨਾ ਜੱਫਾ ਕਿਉਂ ਪਾਇਆ ਜਾਂਦਾ ਹੈ। ਤੇ ਜਦੋਂ ਕੱਲ ਸਾਡੇ ਇੱਕ ਪੱਤਰਕਾਰ ਨੇ ਪੁੱਛਿਆ ਪਰਮਜੀਤ ਸਿੰਘ ਸਰਨਾ ਨੂੰ, ਦਿੱਲੀ ਅਕਾਲੀ ਦਲ ਜਿਹੜੇ ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਬਹੁਤ ਹੱਕ 'ਚ ਬੋਲ ਰਹੇ ਨੇ, ਉਹ ਕਹਿੰਦੇ ਵੀ ਕਿਵੇਂ ਬਚੂਗਾ ਅਕਾਲੀ ਦਲ, ਉਹ ਕਹਿੰਦੇ ਅਕਾਲ ਪੁਰਖ ਹੀ ਬਚਾਊ। ਗੱਲ ਤਾਂ ਬਿਲਕੁਲ ਹੀ ਠੀਕ ਹੈ ਕਿ ਹੁਣ ਰੱਬ ਹੀ ਬਚਾ ਸਕਦਾ ਹੈ ਜਿਸ ਤਰ੍ਹਾਂ, ਨਹੀਂ ਤਾਂ ਫਿਰ ਇਹ ਦੋਨੇ ਲਗਭਗ ਦੋ ਧੜੇ ਬਣ ਚੁੱਕੇ ਨੇ। 1 ਜੁਲਾਈ ਨੂੰ ਜਦੋਂ ਅਕਾਲੀ ਦਲ ਬਚਾਓ ਦੀ ਗੱਲ ਹੋਣੀ ਹੈ, ਜਦੋਂ ਲਿਖਤੀ ਮਾਫੀਨਾਮਾ ਜਾਣਾ ਹੈ, ਉਦੋਂ ਬਹੁਤ ਸਾਰੀਆਂ ਗੱਲਾਂ ਹੋਰ ਬਾਹਰ ਹੋਣਗੀਆਂ। ਕੱਲ ਵੀ ਮੀਟਿੰਗ ਹੋਈ ਬਾਕੀ ਧੜੇ, ਮੈਂ ਪੈਰਲਲ ਅਕਾਲੀ ਦਲ ਕਹਿਣਾ, ਬਾਕੀ ਧੜਾ ਕਹਿਣਾ, ਜੋ ਮਰਜ਼ੀ, ਇਹਨਾਂ ਦਾ ਕੋਈ ਪਤਾ ਨਹੀਂ, ਇਕੱਠੇ ਵੀ ਹੋ ਜਾਂਦੇ ਨੇ ਨਾ। ਤਾਂ ਹੀ ਤਾਂ ਕਹਿਣਾ ਇਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੇ, ਤੇ ਜਦੋਂ ਕੱਲ ਨੂੰ ਇਕੱਠੇ ਹੋ ਗਏ, ਤੇ ਜੇ ਅਕਾਲ ਤਖ਼ਤ ਸਾਹਿਬ ਨੇ ਕਿਹਾ ਵੀ ਹੋ ਜਾਓ ਇਕੱਠੇ, ਤੇ ਫਿਰ ਉਹ ਏਜੰਟ ਕਿੱਥੇ ਜਾਣਗੇ? ਬੋਲਣਾ, ਸੋਚ ਲੈਣਾ ਚਾਹੀਦਾ ਹੈ। ਖੈਰ, ਇੱਥੇ ਜਿਹੜੀ ਮੀਟਿੰਗ ਸੀ ਉਹ ਚ ਪ੍ਰੇਮ ਸਿੰਘ ਚੰਦੂ ਬਾਦਰਾ, ਮਲੂਕਾ ਸਾਹਿਬ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡ ਸਾਹਿਬ, ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂ ਬਾਦਰਾ, ਸਾਰੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ। ਹੁਣ ਇਹਨਾਂ ਨੇ ਕਿਹਾ, ਜਦੋਂ ਪ੍ਰੈਸ ਨਾਲ ਗੱਲ ਕੀਤੀ ਮੀਟਿੰਗ ਚ ਕੀ ਹੋਇਆ, ਇਹ ਪੂਰਾ ਤਾਂ ਬਾਹਰ ਨਹੀਂ ਆਉਂਦਾ ਹੁੰਦਾ, ਉਹ ਤਾਂ ਫਿਰ ਚੁੱਪ ਚੁਪੀਤੇ ਦੱਸਦੇ ਨੇ, ਜਿਹਦੇ ਜਿਹਨਾਂ ਨੂੰ ਅਸੀਂ ਕਹਿੰਦੇ ਸਾਡੇ ਭਰੋਸੇਯੋਗ ਸੂਤਰ ਦੱਸਦੇ ਨੇ। ਲੇਕਿਨ ਇੱਥੇ ਗੱਲ ਇਹ ਹੋਈ ਕਿ ਪ੍ਰੇਮ ਸਿੰਘ ਚੰਦੂ ਬਾਦਲ ਕਹਿੰਦਾ ਇੱਕ ਵਿਅਕਤੀ ਨੂੰ ਬਚਾਉਣ ਲਈ ਸਾਰੇ ਅਕਾਲੀ ਦਲ ਨੂੰ ਦੇਖ ਲਓ ਧੜਿਆਂ ਚ ਵੰਡਿਆ ਜਾ ਰਿਹਾ ਹੈ, ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਇਹ ਲੜ ਗਿਆ ਹੈ। ਜੇ ਦੂਜੇ ਪਾਸੇ ਜਿਹੜੀ ਗੱਲ ਸ਼ੁਰੂ ਹੋਈ ਸੀ ਉਹ ਗੁਰਪ੍ਰਤਾਪ ਵਡਾਲਾ ਨੇ ਦੁਬਾਰਾ ਕਹੀ, ਕੱਲ ਕਹਿੰਦੇ ਇਹ ਜਿਹੜਾ ਪ੍ਰਧਾਨਗੀ ਹੈ ਇਹ ਬਾਦਲ ਪਰਿਵਾਰ ਦੀ ਕੋਈ ਜਗੀਰ ਹੈ ਕਿ ਬਾਦਲ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦੀ। ਵੈਸੇ ਕਈ ਕਿਸਮ ਦੇ ਤਰਕਹੀਨ ਜਿਹੀਆਂ ਗੱਲਾਂ ਵੀ ਸੁਣੀਆਂ ਨੇ, ਜਿਵੇਂ ਪਰਮਜੀਤ ਸਿੰਘ ਸਰਨਾ ਕਹਿੰਦਾ ਕਰੋੜਾਂ ਰੁਪਏ ਖਰਚ ਹੁੰਦੇ ਨੇ ਪਾਰਟੀ ਚਲਾਉਣ ਨੂੰ, ਹੋਰ ਕਿਸੇ ਕੋਲ ਕੀ ਪੈਸਾ ਹੈ? ਪੈਸਾ ਤਾਂ ਇਹਦਾ ਮਤਲਬ ਜਿਹਦੇ ਕੋਲ ਪੈਸਾ ਹੈ ਉਹੀ ਪ੍ਰਧਾਨ ਹੋਊਗਾ, ਇਹੀ ਹੋ ਸਕਦਾ? ਇਹ ਤਾਂ ਉਸ ਤਰ੍ਹਾਂ ਦੀ ਗੱਲ ਹੋ ਗਈ ਵੀ ਜਦੋਂ ਬੱਚੇ ਖੇਡਦੇ ਹੁੰਦੇ ਨੇ ਨਾ, ਜਿਹੜਾ ਬੱਚਾ ਜੀ ਬੈਟ ਤੇ ਬਾਲ ਹੁੰਦੀ ਹੈ ਉਹ ਮਰਜ਼ੀ ਕਰਦਾ, ਉਹ ਕਹਿੰਦਾ ਮੈਂ ਤਾਂ ਖੇਡੂੰਗਾ, ਮੈਂ ਨਹੀਂ ਆਊਟ ਹੁੰਦਾ, ਮੈਂ ਬੈਟਿੰਗ ਹੀ ਕਰੂੰਗਾ। ਤੇ ਹੁਣ ਇਹ ਬੈਟਿੰਗ ਹੀ ਕਰ ਰਹੇ ਕਿਉਂਕਿ ਪੈਸਾ ਹੈ,
ਪਰਮਜੀਤ ਸਾਹਿਬ ਨਾਲ ਕਹਿੰਦਾ ਮੈਂ ਨਹੀਂ ਕਰ ਰਿਹਾ। ਹੁਣ ਇਹ ਕੀ ਕਹਿੰਦੇ ਨੇ ਕਿ ਇਸ ਤਰ੍ਹਾਂ ਹੀ ਜਿਹੜੀ ਬੀਬੀ ਜਗੀਰ ਕੌਰ ਨੇ ਜਿਹੜੀ ਮੁੱਦਾ ਉਠਾਇਆ ਪਹਿਲਾਂ ਵੀ ਉੱਠਿਆ ਸੀ ਕਿ ਤੁਸੀਂ ਉਦੋਂ ਸੋਚਣਾ ਸੀ ਨਾ ਬੀਬੀ ਜੀ ਕਿ ਜਦੋਂ ਤੁਸੀਂ ਦੁਬਾਰਾ ਇਹਨਾਂ ਚ ਰਲੇ। ਮੈਂ ਇਹ ਗੱਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਵੀ ਕਹੀ ਸੀ ਕਿ ਇਹਨੇ ਮਰਿਆਦਾ ਅਨੁਸਾਰ ਮਾਫ਼ੀ ਨਹੀਂ ਮੰਗੀ ਸੁਖਬੀਰ ਸਿੰਘ ਬਾਦਲ ਨੇ। ਇੱਕ ਵਿਧੀ ਵਿਧਾਨ ਹੁੰਦਾ, ਇੱਕ ਮਰਿਆਦਾ ਹੁੰਦੀ ਹੈ। ਅਕਾਲ ਤਖ਼ਤ ਸਾਹਿਬ ਇਸ ਤਰ੍ਹਾਂ ਤਾਂ ਦੋ ਤਿੰਨ ਵਾਰੀ ਕਹਿ ਦਿੰਦੇ ਜੇ ਸਾਡੇ ਤੋਂ ਜਾਣੇ ਜਾਣੇ ਚ ਗਲਤੀਆਂ ਹੋ ਗਈਆਂ, ਜਿਵੇਂ ਕੁੜੀ ਨੇ ਮੰਗ ਲਈ ਭਗਵਾਨਾਂ ਨੇ, ਹੁਣ ਮੁੱਕਰ ਗਈ, ਕਹਿੰਦੇ ਮੈਂ ਕਿਸ ਲੜੂ। ਤੋ ਖੈਰ ਬੀਬੀ ਜਗੀਰ ਕੌਰ ਕਹਿੰਦੇ ਵੀ ਸੁਖਬੀਰ ਦੀ ਮਾਫ਼ੀ ਪ੍ਰਵਾਨ ਨਹੀਂ, ਉਹ ਮਰਿਆਦਾ ਅਨੁਸਾਰ। ਇਹ ਬੀਬੀ ਜਗੀਰ ਕੌਰ ਨੇ ਕਿਹਾ। ਹੁਣ 1 ਜੁਲਾਈ ਨੂੰ ਜਾਣਾ ਹੈ ਅਕਾਲ ਤਖ਼ਤ ਸਾਹਿਬ ਤੇ, ਉੱਥੇ ਗਲਤੀਆਂ ਮੰਨਣੀਆਂ ਨੇ, ਗੱਲ ਵੀ ਲਿਖਤੀ ਕਰਨੀ ਹੈ। ਤੇ ਹੁਣ ਉਹਨਾਂ ਗੱਲਾਂ ਚ ਜਵਾਬ ਕੀ ਆਊਗਾ? ਇਹ ਇੱਥੇ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਹੈ ਸੁਖਬੀਰ ਸਿੰਘ ਬਾਦਲ ਜਦੋਂ ਕਹਿਣਗੇ ਜੀ ਸਾਥੋਂ ਗਲਤੀ ਹੋਈ ਸਾਡੀ ਸਰਕਾਰ ਤੋਂ ਉਸ ਵੇਲੇ ਦੀ, ਤੋਂ ਅਸੀਂ ਵੀ ਨਾਲ ਸੀ ਕਿ ਅਸੀਂ ਉਹਨੂੰ ਗਲਤ ਮਾਫ਼ੀ ਦਿੱਤੀ ਡੇਰਾ ਸੱਚਾ ਸੌਦਾ ਵਾਲੇ ਨੂੰ ਗੁਰਮੀਤ ਰਾਮ ਜੀ ਨੂੰ, ਤੇ ਫਿਰ ਬੇਅਦਬੀ ਦੇ ਮਾਮਲੇ ਚ ਵੀ ਅਸੀਂ ਨਹੀਂ ਇਨਸਾਫ਼ ਦਵਾ ਸਕੇ। ਜਿਹੜੀ ਸਾਰੀਆਂ ਗਲਤੀਆਂ ਲਿਖਤੀ ਰੂਪ ਚ ਜਿਹੜੀਆਂ ਵੀ ਹੋਣਗੀਆਂ ਤਾਂ ਪ੍ਰਧਾਨ ਦੇ ਸਿਰ ਹੀ ਪੈਂਦੀਆਂ ਨੇ, ਚਾਹੇ ਮੰਗਣ ਇਹ, ਤੇ ਉਹਦੇ ਲਈ ਚੌਕ ਸਜ਼ਾ ਵੀ ਮੰਗ ਸਕ ਲਾ ਸਕਦੇ ਨੇ। ਜਿਹੜੀ ਉਹਦੇ ਚ ਬੁਰੀ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਝੜੀਕੇ ਚ ਫਸੂਗਾ, ਇਹ ਜਿਹੜੀ 1 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਗੱਲ ਹੈ। ਵੈਸੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਤੇ ਇਹ ਗੱਲ ਕਹੀ ਨਾ ਕਿ ਤੁਸੀਂ ਦਿੱਲੀ ਵੱਲ ਨੂੰ ਮੂੰਹ ਕਰੀ ਬੈਠੇ ਹੋ ਤੇ ਭਾਲਦੇ ਹੋ ਤੁਸੀਂ ਸੱਤਾ, ਤੁਸੀਂ ਹਰਿਮੰਦਰ ਸਾਹਿਬ ਵੱਲ ਨੂੰ ਮੂੰਹ ਕਰੋ, ਅਕਾਲ ਤਖ਼ਤ ਸਾਹਿਬ ਵੱਲ ਮੂੰਹ ਕਰੋ, ਇੱਧਰ ਤਾਂ ਤੁਸੀਂ ਪਿੱਠ ਕੀਤੀ ਹੋਈ ਹੈ। ਤੇ ਇਹਦਾ ਮਤਲਬ ਕਿ ਕਹਾਣੀ ਕੁਛ ਜ਼ਿਆਦਾ ਗੜਬੜ ਨਜ਼ਰ ਆਉਂਦੀ ਹੈ। ਹੁਣ ਇਹਨਾਂ ਨੇ ਫਿਰ ਕੱਲ੍ਹ ਮੀਟਿੰਗ 'ਚ ਇਹ ਵੀ ਕਿਹਾ ਕਿ ਸੁਰਜੀਤ ਕੌਰ ਨੂੰ ਇਹਨਾਂ ਨੇ ਛੱਡਤਾ, ਪਰ ਅਸੀਂ ਜਲੰਧਰ ਪੱਛਮੀ ਤੋਂ ਉਹਦੀ ਮਦਦ ਕਰਾਂਗੇ, ਇਹ ਗੱਲ ਉਹਨਾਂ ਨੇ ਕਹੀ। ਖੈਰ ਹੁਣ ਆਪਾਂ ਇਹ ਤਾਂ ਬਹੁਤ ਲੰਬੀ ਗੱਲਬਾਤ ਹੋ ਸਕਦੀ ਹੈ, ਲੇਕਿਨ ਕੁਛ ਜਿਹੜੇ ਮੇਨ ਪੁਆਇੰਟਸ ਨੇ ਜੇ ਮੈਨੂੰ ਕੱਲ੍ਹ ਕਿਸੇ ਨੇ ਪੁੱਛਿਆ ਸੀ ਤੇ ਮੈਂ ਦੱਸਿਆ ਵੀ ਸੀ ਵੀਡੀਓ ਪਾ ਕੇ ਆਪਣੇ ਚੈਨਲ ਤੇ ਕਿ ਇਹ ਜਿਹੜੀ ਹੈ ਜੇ ਬਚ ਸਕਦੇ ਆ ਅਕਾਲੀ ਦਲ ਤਾਂ ਇੱਕ ਹੈਗਾ ਤਰੀਕਾ, ਪਹਿਲਾਂ ਵੀ ਉਹ ਵਰਤਦੇ ਰਹੇ ਨੇ, ਕੋਈ ਸੰਤ ਲਾਓ, ਸੰਤ ਫਤਿਹ ਸਿੰਘ ਵੀ ਲੱਭੇ, ਸੰਤ ਹਰਚੰਦ ਸਿੰਘ ਲੌਂਗੋਵਾਲ ਸੀ। ਹੁਣ ਵੀ ਗੱਲ ਮੈਨੂੰ ਦੱਸੀ ਵੀ ਇਹਨਾਂ ਨੇ ਜਿਹੜੇ ਵਿਰੋਧੀ ਧੜੇ ਚ ਬੈਠੇ ਸੀ ਕਿ ਸਾਡੀ ਚਰਚਾ ਹੋਈ ਗਿਆਨੀ ਹਰਪ੍ਰੀਤ ਸਿੰਘ ਬਾਰੇ, ਮੈਨੂੰ ਇੱਕ ਹੋਰ ਬੰਦੇ ਦੱਸਿਆ ਸੰਤ ਸੇਵਾ ਸਿੰਘ ਬਾਰੇ, ਕਈ ਬੰਦਿਆਂ ਬਾਰੇ ਗੱਲ ਚੱਲੀ ਹੈ। ਜੇ ਕੋਈ ਜਿਵੇਂ ਹੁਣ ਇਹ ਹੈ ਗਿਆਨੀ ਹਰਪ੍ਰੀਤ ਸਿੰਘ ਜਾਂ ਜਦੋਂ ਤੁਸੀਂ ਚਰਚਾ ਕਰੋਗੇ, ਜਦੋਂ ਤੁਸੀਂ ਦੇਖੋਗੇ ਕੋਈ ਪੜ੍ਹਿਆ ਲਿਖਿਆ ਬੰਦਾ ਦਲਿਤ ਭਾਈਚਾਰੇ ਚੋਂ ਬੰਦਾ, ਉਹਨੂੰ ਜਦੋਂ ਤੁਸੀਂ ਪ੍ਰਵਾਨ ਦੇ ਦੋਗੇ ਤਾਂ ਇਹਦਾ ਜਵਾਬ ਕਿਸੇ ਕੋਲ ਵੀ ਨਹੀਂ ਹੋਣਾ, ਆਮ ਲੋਕ ਇਹਨੂੰ ਐਪਰੀਸ਼ੀਏਟ ਕਰਨਗੇ। ਯਾਨੀ ਇਸ ਵਾਰ ਜਿਹੜਾ ਬਾਕੀ ਧੜਾ ਕਾਫੀ, ਹਾਲਾਂਕਿ ਉਹਨਾਂ ਦੇ ਜਿਹੜੇ ਇਲਜ਼ਾਮ ਲੱਗਦੇ ਜਵਾਬ ਉਹਨਾਂ ਦਾ ਵੀ ਨਹੀਂ ਹੈ। ਮੈਂ ਤੁਹਾਨੂੰ ਕਈ ਵਾਰੀ ਕਿਹਾ, ਚਾਹੇ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਦਾ ਇਲਜ਼ਾਮ, ਚਾਹੇ ਉਹਨਾਂ ਤੇ ਬਲਾਈ ਖਾਣ ਦਾ ਵੀ, ਆਪ ਜਦੋਂ ਆਪ ਹੀ ਤਾਂ ਤੁਸੀਂ ਪਾਵਰ ਦੇ ਵਿੱਚ ਸੀ ਜਦੋਂ, ਉਦੋਂ ਕਿਉਂ ਨਹੀਂ ਬੋਲੇ, ਸਾਰੀਆਂ ਗੱਲਾਂ ਲੱਗਦੀਆਂ ਨੇ। ਪਰ ਇਸ ਦੇ ਬਾਵਜੂਦ ਜੇ ਇਸ ਤਰ੍ਹਾਂ ਦਾ ਹੋ ਜਾਵੇ ਨਾ, ਅਕਾਲੀ ਦਲ ਨੂੰ ਉਭਾਰਿਆ ਜਾ ਸਕਦਾ, ਲੇਕਿਨ ਜੇ ਕੁਰਬਾਨੀ ਨਹੀਂ ਕਰਦੇ ਸੁਖਬੀਰ ਸਿੰਘ ਬਾਦਲ, ਜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਕੁਰਬਾਨੀ ਹੋ ਜਾਂਦੀ ਹੈ ਤਾਂ ਗੱਲ ਵੱਖਰੀ ਹੋਏਗੀ। ਖੈਰ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਵਧੀਏ। ਇਹ ਗੱਲ ਵੀ ਆਮ ਤੌਰ ਤੇ ਚੱਲਦੀ ਹੈ ਕਿ ਜਿਹੜਾ ਸ਼੍ਰੋਮਣੀ ਕਮੇਟੀ ਜਿਹਦੇ ਕੋਲ ਹੁੰਦੀ ਹੈ ਉਹੀ ਅਸਲ ਸ਼੍ਰੋਮਣੀ ਅਕਾਲੀ ਦਲ ਹੁੰਦਾ,
ਉਹ ਵੀ ਦੇਖ ਲੈਂਦੇ ਹਾਂ ਜੇ ਇਲੈਕਸ਼ਨ ਹੁੰਦੀ ਹੈ। ਵੋਟਾਂ ਬਹੁਤ ਘੱਟ ਬਣ ਰਹੀਆਂ ਨੇ, 31 ਜੁਲਾਈ ਤੱਕ ਹੈ, ਲੇਕਿਨ ਲੋਕਾਂ ਦੀ ਦਿਲਚਸਪੀ ਹੀ ਨਹੀਂ ਹੈ ਹੁਣ ਵੋਟਾਂ ਬਣਾਉਣ ਚ। ਖੈਰ ਆਪਾਂ ਜਿਹੜੀ ਅਗਲੀ ਜਿਹੜੀ ਖਬਰ, ਇਹਦੇ ਵਿੱਚ ਜਗਮੋਹਨ ਸਿੰਘ ਜਿਹੜਾ ਰਾਜੂ, ਇੱਕ ਸਾਬਕਾ IAS, ਇਹ ਅੰਮ੍ਰਿਤਸਰ ਸਾਹਿਬ ਤੋਂ ਲੜੇ ਸੀ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਇਹ ਬੰਦੇ ਦੀ ਜਿਹੜੀ ਸਟੇਟਮੈਂਟ ਹੈ, ਪਹਿਲਾਂ ਵੀ ਜਿਹੜੀ ਇੱਕ ਸਟੇਟਮੈਂਟ ਦਿੱਤੀ ਸੀ, ਅਮਿਤ ਸ਼ਾਹ ਨੂੰ ਚਿੱਠੀ ਲਿਖੀ ਸੀ ਕਿ ਜੀ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ, ਇਹ ਬਿਲਕੁਲ ਬਹਾ ਦੇ ਉਲਟ ਕਈ ਵਾਰੀ ਸਟੇਟਮੈਂਟ ਦਿੰਦਾ। ਹੁਣ ਸਟੇਟਮੈਂਟ ਇਹ ਦਿੱਤੀ ਹੈ ਕਿ ਜਿਹੜੀ ਅਰਚਨਾ ਮਕਵਾਨ ਹੈ, ਇਹਦੇ ਕਿਉਂ ਮਗਰ ਪਈ ਹੈ SGP ਸੀ, ਧਾਮੀ ਸਾਹਿਬ ਨੂੰ ਚਿੱਠੀ ਲਿਖੀ ਤੁਸੀਂ ਕਿਉਂ ਮਗਰ ਪਏ। ਹਾਲਾਂਕਿ ਤੁਹਾਨੂੰ ਪਤਾ ਵੀ ਉਹ ਬੀਬੀ ਵੀ ਹੁਣ ਬਹੁਤ ਜ਼ਿਆਦਾ ਸਖ਼ਤ, ਪਹਿਲਾਂ ਤਾਂ ਮਾਫੀਆ ਮੰਗਦੀ ਸੀ, ਆ ਜਿਹੜੀ ਨਵੀਂ ਵੀਡੀਓ ਆਈ ਉਹ ਚ ਮਾਫੀ ਮੂਫੀ ਦੀ ਨਹੀਂ ਗੱਲ ਕੀਤੀ, ਉਹ ਕਹਿੰਦੀ ਉਹ ਤਾਂ ਸਵਾਲ ਉਠਾਉਂਦੀ ਹੈ ਵੀ ਤੁਹਾਡੇ ਬੰਦੇ ਜਿਹੜੇ ਤੁਹਾਡੇ ਸੇਵਾਦਾਰ ਨੇ ਉਹ ਕਦੇ ਉਹ ਤਾਂ ਬਹੁਤ ਬਾਇਸਡ, ਕਿਸੇ ਨੂੰ ਰੋਕਦੇ ਨੇ ਕਿਸੇ ਨੂੰ ਨਹੀਂ ਰੋਕਦੇ। ਮੈਂ ਹਿੰਦੂਆਂ ਦੀ ਕੁੜੀ ਗੁਜਰਾਤ ਤੋਂ ਪਹਿਲੀ ਵਾਰ ਗਈ, ਮੈਨੂੰ ਕੀ ਪਤਾ ਤੁਹਾਡੇ ਜਿਹੜੇ ਮਾਨ ਮਰਿਆਦਾ ਕੀ ਹੁੰਦੀ ਹੈ। ਸਿੱਖਾਂ ਨੂੰ ਤਾਂ ਪਤਾ ਸੀ, ਉਹਨਾਂ ਨੇ ਮੈਨੂੰ ਕਿਉਂ ਨੀ ਰੋਕਿਆ। ਇੱਕ ਸਿੱਖ ਨੇ ਮੇਰੀਆਂ ਫੋਟੋਆਂ ਖਿੱਚੀਆਂ, ਹਾਲੇ ਵੀ ਨੋਟਿਸ ਵਾਪਸ ਲੈ ਲਓ, ਨਹੀਂ ਮੈਂ ਮੇਰੀ ਲੀਗਲ ਟੀਮ ਤਿਆਰ ਹੈ, ਉਹ ਤਾਂ ਇਹੋ ਜਿਹੀਆਂ ਗੱਲਾਂ ਕਰਦੀ ਹੈ। ਲੇਕਿਨ ਹੁਣ ਉਹਦੀ ਸਪੋਰਟ ਤੇ ਜਿਹੜੇ ਆਏ ਨੇ ਜਗਮੋਹਨ ਸਿੰਘ ਰਾਜੂ, ਉਹ ਕਹਿੰਦੇ ਧਾਮੀ ਸਾਹਿਬ ਜਿਸ ਹਰਿਮੰਦਰ ਸਾਹਿਬ ਦੇ ਵਿੱਚ ਮੁਸਲਮਾਨਾਂ ਨੂੰ ਇਹ ਆਗਿਆ ਦਿੱਤੀ ਜਾ ਸਕਦੀ ਹੈ ਕਿ ਤੁਸੀਂ ਨਮਾਜ਼ ਪੜ੍ਹ ਸਕਦੇ ਹੋ, ਉੱਥੇ ਤੁਸੀਂ ਯੋਗਾ ਕਰਨ ਤੋਂ ਕਿਵੇਂ ਰੋਕ ਸਕਦੇ। ਮੈਨੂੰ ਮੇਰੇ ਦੋਸਤ ਇਹ ਪੁੱਛਦੇ ਨੇ, ਕੋਈ ਤੁੱਕ ਨਹੀਂ ਬਣਦੀ ਕਿ ਯੋਗਾ, ਜੇ ਮੁਸਲਮਾਨ ਨਮਾਜ਼ ਪੜ੍ਹ ਸਕਦੇ ਨੇ ਉਹ ਕੁੜੀ ਯੋਗਾ ਨਹੀਂ ਕਰ ਸਕਦੀ। ਤੇ ਹੁਣ ਰਾਜੂ ਸਾਹਿਬ ਨੂੰ ਸ਼ਾਇਦ ਹਿਸਟਰੀ ਦਾ ਤਾਂ ਪਤਾ ਹੈ, ਆਖਰ ਪੜ੍ਹ ਕੇ ਜਾਂਦੇ ਹਾਂ, ਹਿਸਟਰੀ ਸਬਜੈਕਟ ਹੁੰਦਾ ਹੈ IAS ਦੇ ਵਿੱਚ, ਕਿ ਇਸ ਹਰਿਮੰਦਰ ਸਾਹਿਬ ਜੀ ਦੀ ਜ਼ਿਕਰ ਕਰਦੇ ਹੋ, ਉਹਦੀ ਨੀਂਹ ਵੀ ਜਿਹੜੀ ਹੈ ਉਹ ਰੱਖੀ ਸੀ, ਸਾਈਂ ਮੀਆਂ ਮੀਰ ਤੋਂ ਰਖਵਾਈ ਗਈ ਸੀ। ਤੋ ਕੁਛ ਵੀ ਹੋਵੇ, ਉਹਨਾਂ ਨੇ ਇੱਕ ਨਵਾਂ ਤਰਕ ਦੇਤਾ। ਹੁਣ ਇਹ ਤਰਕ ਤੇ ਚਰਚਾ ਹੋਊਗੀ, ਤੇ ਚਰਚਾ ਜੇ ਤਰਕ ਤੇ ਹੁੰਦੀ ਹੈ ਤਾਂ ਦੂਜੇ ਪਾਸੇ ਵੀ ਤਰਕ ਹੁੰਦੇ ਨੇ ਕਿ ਜਿਹੜੀ ਲਗਾਤਾਰ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਤੇ ਕਬਜ਼ੇ ਕੀਤੇ ਜਾ ਰਹੇ ਨੇ, ਇਹ ਵੀ ਤਰਕ ਹੈ। ਦੇਖੋ ਹੁਣ ਕਹਾਣੀ ਕਿੱਧਰ ਨੂੰ ਜਾਂਦੀ। ਮੈਂ ਜ਼ਿਕਰ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਕਿੰਨੇ ਕੁ ਫੈਸਲਿਆਂ ਦੀ ਮੈਂ ਪ੍ਰਸ਼ੰਸਾ ਕਰਦਾ, ਮੈਂ ਪ੍ਰਸ਼ੰਸਾ ਕੀਤੀ ਸੀ ਪੰਜਾਬ ਸਰਕਾਰ ਦੀ, ਜਿਹੜੇ ਉਹਨਾਂ ਦਾ ਇੱਕ ਫੈਸਲਾ ਜਾਂ ਦੋ ਫੈਸਲੇ ਕਰਨ। ਇੱਕ ਤਾਂ ਪੰਜਾਬ ਆਰਟ ਕੌਂਸਲ, ਜਿਹਦਾ ਜਿਹੜਾ ਚੇਅਰਮੈਨ ਲਾਇਆ ਸਵਰਜੀਤ ਸਿੰਘ ਸਵੀ ਸ਼ਾਇਰ ਨੂੰ, ਸਾਹਿਤ ਅਕਾਦਮੀ ਦੇ ਪੁਰਸਕਾਰ ਵਿਜੇਤਾ ਨੇ, ਤੇ ਦੂਜਾ ਸ਼ਾਇਰ ਜਸਵੰਤ ਸਿੰਘ ਜਫਰ, ਜਿਹੜਾ ਪ੍ਰੋਫੈਸ਼ਨਲ ਦੇ ਤੌਰ ਤੇ ਇੰਜੀਨੀਅਰ, ਔਰ ਉਹਨਾਂ ਨੂੰ ਇਹਨਾਂ ਨੇ ਲਾਇਆ ਡਾਇਰੈਕਟਰ। ਤੇ ਕੱਲ ਡਾਇਰੈਕਟਰ ਸਾਹਿਬ ਨੇ ਜੁਆਇਨ ਕੀਤਾ ਬਾਬਾ ਲੋਕ ਸਾਹਿਤ ਕਾ, ਉਸ ਵੇਲੇ ਸੀ ਜਦੋਂ ਜਫਰ ਸਾਹਿਬ ਜੁਆਇਨ ਕਰ ਰਹੇ ਸੀ। ਹੁਣ ਗੱਲ ਬਾਕੀ ਗੱਲਾਂ ਉਹਨਾਂ ਨੇ ਠੀਕ ਕੀਤੀਆਂ ਵੀ ਮੈਂ ਕੋਈ ਧੜੇਬੰਦੀ ਦੀ, ਕੌਣ ਚਾਹੁੰਦਾ ਜਿਹੜਾ ਵਧੀਆ ਪ੍ਰਬੰਧਕ ਹੁੰਦਾ ਕਦੇ ਵੀ ਧੜੇਬੰਦੀ ਨਹੀਂ ਚਾਹੁੰਦਾ। ਤੇ ਉਹ ਕਹਿੰਦੇ ਵੀ ਮੈਂ ਭਾਸ਼ਾ ਵਿਭਾਗ ਨੂੰ ਮਜ਼ਬੂਤ ਕਰਨਾ। ਦੇਖੋ ਬਿਲਕੁਲ ਸਹੀ ਗੱਲ ਆ, ਹੋਰ ਬੰਦੇ ਵੀ ਬੋਲੇ, ਬਲਦੇਵ ਸਿੰਘ ਸਰਾਹ ਦੇ ਤਾਂ ਸਾਥੀ ਰਹੇ ਨੇ, ਉਹ ਚੇਅਰਮੈਨ ਨੇ। ਉਹ ਕਹਿੰਦੇ ਵੀ ਦੇਖੋ ਇੱਕ ਲੇਖਕ, ਇੱਕ ਕਵੀ, ਇੱਕ ਕਾਰਟੂਨਿਸਟ ਤੇ ਇੱਕ ਬਿਜਲੀ ਬੋਰਡ ਦਾ ਇੰਜੀਨੀਅਰ ਬਣਿਆ, ਸਾਨੂੰ ਤਾਂ ਬੜੀ ਖੁਸ਼ੀ ਹੈ। ਬਿਲਕੁਲ ਬਹੁਤ ਸਾਰੇ ਲੋਕਾਂ ਨੇ ਖੁਸ਼ੀ ਮਨਾਈ, ਮੈਂ ਦੇਖ ਰਿਹਾ ਸੀ ਬਹੁਤ ਸਾਹਿਤਕਾਰ ਉੱਥੇ ਇਕੱਠੇ ਸੀ ਜਦੋਂ ਇਹ ਜੁਆਇਨ ਕਰ ਰਹੇ ਸੀ। ਪਰ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਇਹ ਸਭ ਤੋਂ ਵੱਡਾ ਮਸਲਾ ਤਾਂ ਫੰਡਾਂ ਦਾ, ਕੰਮ ਇਹ ਕਰ ਲੈਣਗੇ ਲੇਕਿਨ ਪੈਸੇ ਤੋਂ ਬਿਨਾਂ,
ਜਿਹੜੀ ਆਰਥਿਕ ਸਹਾਇਤਾ ਦੀ ਲੋੜ ਹੈ ਨਾ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਹੈ ਤੇ ਚਾਹੇ ਉਹ ਭਾਸ਼ਾ ਵਿਭਾਗ ਹੈ, ਇਹਦੀ ਬਹੁਤ ਲੋੜ ਹੈ। ਕਿਉਂਕਿ ਸਰਕਾਰਾਂ ਜਿਹੜੀਆਂ ਨੇ ਬਾਕੀ ਬਿਲਕੁਲ, ਮੈਂ ਸਮਝਦਾ ਇਹਨਾਂ ਦੇ ਜਦੋਂ ਇਹ ਸ਼ੁਰੂ ਕੀਤੇ ਗਏ ਸੀ, ਜਿਸ ਮਿਸ਼ਨ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੀ, ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ, ਪੰਜਾਬੀ ਨੂੰ, ਪੰਜਾਬੀ ਦੀਆਂ ਚੰਗੀਆਂ ਉੱਚ ਪਾਈ ਦੀਆਂ ਕਿਤਾਬਾਂ, ਉੱਚ ਪਾਈ ਦੇ ਸਾਹਿਤਕਾਰ, ਉਹ ਸਾਰਾ ਕੁਛ ਠੀਕ ਹੈ। ਵੈਸੇ ਤਾਂ ਜਫਰ ਸਾਹਿਬ ਆ ਗਏ ਤਾਂ ਇੱਥੇ ਤਾਂ ਬਿਲਡਿੰਗ ਤੇ ਵੀ ਕਬਜ਼ੇ ਕੋਈ ਹੋਰ ਹੀ ਕਰੀ ਜਾਂਦਾ ਹੈ, ਜਿਹੜੇ ਜਿਹੜੇ ਸਾਹਿਤਕਾਰਾਂ ਲਈ ਰਿਹਾਇਸ਼ ਬਣਾਈ ਸੀ ਉਹ ਤੇ ਵੀ ਕਬਜ਼ੇ ਲਈ ਲੜਨਾ ਪੈਂਦਾ ਹੈ। ਤੋ ਇਹ ਸਾਰਾ ਕੁਛ ਠੀਕ ਹੋ ਸਕਦਾ, ਲੇਕਿਨ ਇਹ ਪੰਜਾਬ ਸਰਕਾਰ ਹੁਣ ਉਹ ਫੈਸਲਾ ਵੀ ਕਰੇ ਕਿ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ, ਜਿਹੜੀਆਂ ਸੈਂਕਸ਼ਨ, ਉਹ ਭਰੇ ਔਰ ਇਹਨਾਂ ਨੂੰ ਪੈਸਾ ਦੇਵੇ, ਤੇ ਫਿਰ ਇਹ ਕੰਮ ਜਿਹੜਾ ਹੈ ਅੱਗੇ ਚੰਗੀ ਤਰ੍ਹਾਂ ਵੱਧ ਸਕਦਾ। ਪਰ ਦਰਸ਼ਕੋ, ਖਬਰਾਂ ਦਾ ਸਿਲਸਿਲਾ ਹੁਣ ਕਿਉਂਕਿ ਜਿਹੜਾ ਹੈ ਆਪਾਂ ਤੀਜੇ ਹਿੱਸੇ 'ਚ ਜਾਵਾਂਗੇ, ਉਹ ਸੁਰਖੀਆਂ ਸੁਣ ਲਓ ਜਿਹੜੀਆਂ ਤੀਜੇ ਹਿੱਸੇ 'ਚ ਆਪਾਂ ਗੱਲ ਕਰਨੀ ਹੈ ਡਿਟੇਲ 'ਚ। ਇੱਕ ਤਾਂ ਭਾਰਤ ਜਿਹੜਾ ਹੈ ਕ੍ਰਿਕਟ ਦੇ T20 ਵਰਲਡ ਕੱਪ ਦੇ ਫਾਈਨਲ 'ਚ ਪਹੁੰਚ ਗਿਆ, ਕੱਲ੍ਹ ਇੰਗਲੈਂਡ ਨੂੰ ਹਰਾਇਆ, ਬੜੇ ਵੱਡੇ ਸਕੋਰ 68 ਦੌੜਾਂ ਨਾਲ ਹਰਾਇਆ। 10 ਸਾਲ ਬਾਅਦ T20 ਦੇ ਫਾਈਨਲ 'ਚ ਪਹੁੰਚਿਆ। ਮੈਂ ਉਹ ਨਹੀਂ ਕਹਿੰਦਾ ਜੀ ਪੁਰਾਣੀ ਹਾਰ ਦਾ ਬਦਲਾ ਲੈ ਰਿਹਾ ਜੀ, ਇਹੋ ਕੁਛ ਨਹੀਂ ਕਹਿੰਦਾ ਮੈਂ, ਲੇਕਿਨ ਡਿਫੈਂਡਿੰਗ ਚੈਂਪੀਅਨ ਨੂੰ ਹਰਾਉਣਾ ਵੱਡੀ ਗੱਲ ਹੈ। ਦੂਜੇ ਪਾਸੇ ਅਫਗਾਨਿਸਤਾਨ ਆਇਆ ਹੋਇਆ ਤੇ ਦੋਨਾਂ ਦਾ ਜਿਹੜਾ ਅਫਗਾਨਿਸਤਾਨ ਹਾਰ ਗਿਆ, ਦੱਖਣੀ ਅਫਰੀਕਾ ਜਿੱਤਿਆ, ਜਿਹੜੀ ਹੁਣ ਫਾਈਨਲ ਦੱਖਣੀ ਅਫਰੀਕਾ ਤੇ ਭਾਰਤ ਦਾ ਹੋਣਾ। ਤੇ ਇਹ ਗੱਲ ਕਰਦੇ ਹਾਂ ਆਪਾਂ ਅੱਗੇ, ਅਸੀਂ ਹਾਕੀ ਦੀ ਗੱਲ ਕਰਦੇ ਹਾਂ। ਹਾਕੀ ਦੇ ਵਿੱਚ ਦੇਖੋ ਤੁਸੀਂ, ਜਦੋਂ ਹੁਣ ਪੈਰਿਸ ਓਲੰਪਿਕ 'ਚ ਜਾ ਰਹੇ ਨੇ ਜਿਹੜੀ ਹਾਕੀ ਦੀ ਟੀਮ, ਪੰਜਾਬ ਦੇ 10 ਖਿਡਾਰੀ ਨੇ ਉਹਦੇ ਵਿੱਚ, ਜਲੰਧਰ ਦੀ 4-5 ਤਾਂ ਜਲੰਧਰ ਦੇ ਨੇ, ਮਨਪ੍ਰੀਤ, ਹਾਰਦਿਕ, ਮਨਦੀਪ, ਸੁਖਜੀਤ, ਸਾਰੇ ਜਲੰਧਰ ਦੇ ਨੇ। ਇਹ 10 ਖਿਡਾਰੀ ਕਿਹੜੇ ਕਿਹੜੇ ਨੇ, ਇਹਨਾਂ ਦਾ ਜ਼ਿਕਰ ਕਰਦੇ ਆਪਾਂ ਜਦੋਂ ਮਿਲਾਂਗੇ ਤੀਜੇ ਹਿੱਸੇ ਦੇ ਵਿੱਚ, ਤੇ ਨਾਲੇ ਫਿਰ ਆਪਾਂ ਅਮਰੀਕਾ ਦੀ ਜਿਹੜੀ ਇੱਕ ਰਿਪੋਰਟ ਦੀ ਗੱਲ ਕਰਾਂਗੇ, ਜਿਹਦੇ ਵਿੱਚ ਕੇਂਦਰੀ ਜਿਹੜਾ ਉਹਦੇ ਜਿਹੜੀਆਂ ਨੀਤੀਆਂ ਨੇ ਸਾਡੇ ਖੇਤਰ ਦੀਆਂ, ਉਹਦੀ ਆਲੋਚਨਾ ਕੀਤੀ ਗਈ ਹੈ ਕਿ ਬੜੀਆਂ ਪੱਖਪਾਤੀ ਨੇ ਜਿਹੜੇ ਕਾਨੂੰਨ ਬਣਾਏ ਨੇ ਉਹਦੇ 'ਚ, ਚਾਹੇ ਉਹ UAPA ਹੈ, FCRA ਹੈ, CAA ਹੈ, ਜਾਂ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਹੈ, ਜਾਂ ਗਊ ਹੱਤਿਆ ਦੇ ਸੰਬੰਧ 'ਚ ਕਾਨੂੰਨ ਹੈ, ਇਹਦੇ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਹਿੰਸਾ 'ਚ ਵਾਧਾ ਹੁੰਦਾ, ਇਸ ਕਿਸਮ ਦੀ ਗੱਲ ਉਹ ਰਿਪੋਰਟ ਕਹਿ ਰਹੀ ਹੈ ਜਿਹੜੀ ਅਮਰੀਕਾ ਨੇ ਦਿੱਤੀ ਹੈ। ਅਮਰੀਕਾ ਦੇ ਜਿਹੜੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਹੈ ਇੰਡੀਆ ਦੇ ਵਿੱਚ, ਹਾਲਾਂਕਿ ਉਹਨਾਂ ਨੂੰ ਸਿੱਧੇ ਤੌਰ ਤੇ ਇਹ ਗੱਲ ਨਹੀਂ ਪਰ ਕਿਉਂਕਿ ਉੱਧਰ ਵੀ ਤਾਂ ਇਲੈਕਸ਼ਨ ਹੈ, ਕ੍ਰਿਸ਼ਨ ਦੀ ਵੋਟ ਲੈਣੀ ਹੈ ਉਹਨਾਂ ਨੇ ਵੀ, ਤੋ ਇਸ ਕਰਕੇ ਸ਼ਾਇਦ। ਤੇ 5 ਦੇਸ਼ਾਂ ਦਾ ਮੈਂ ਜ਼ਿਕਰ ਕੀਤਾ ਸੀ ਤੁਹਾਨੂੰ ਸੁਰਖੀ 'ਚ, ਸਿੰਗਾਪੁਰ, ਗ੍ਰੀਨਲੈਂਡ, ਮੋਨਾਕੋ, ਕਤਰ ਤੇ ਵੈਟੀਕਨ ਸਿਟੀ, ਜਿੱਥੇ ਪੋਪ ਸਾਹਿਬ ਰਹਿੰਦੇ ਨੇ। ਇਹ ਤਾਂ ਬਹੁਤ ਛੋਟਾ ਜਿਹਾ ਇੱਕ ਸ਼ਹਿਰ ਵਾਲਾ ਦੇਸ਼ ਹੈ, ਤੇ ਇਹ ਇਹਨਾਂ 'ਚ ਕੋਈ ਚੀਜ਼ ਨਹੀਂ ਉੱਗਦੀ, ਜਗ੍ਹਾ ਹੀ ਨਹੀਂ ਹੈ ਉਗਾਉਣ ਲਈ। ਇੱਥੋਂ ਲੈ ਕੇ ਆਉਂਦੇ ਨੇ, ਬਾਹਰੋਂ ਲੈ ਕੇ ਆਉਂਦੇ ਨੇ, ਕਿੱਥੋਂ ਲੈਂਦੇ ਨੇ, ਕੀ ਕਰਦੇ ਨੇ, ਇਹ ਜ਼ਿਕਰ ਕਰਦੇ ਹਾਂ। ਤੇ ਸਾਡੇ ਵਾਲੇ ਕੀ ਕਰਦੇ ਨੇ ਪੈਨਸ਼ਨਾਂ ਲੈਣ ਲਈ, ਕਿੰਨੀਆਂ ਕੁ ਹੇਰਾਫੇਰੀ ਹੁੰਦੀ ਹੈ, ਉਹ ਹੁਣ ਡਾਕਟਰ ਬਲਜੀਤ ਕਰੋੜ ਜਿਹੜੇ ਹੈਗੇ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ, ਉਹ ਕਹਿੰਦੇ ਜੀ ਅਸੀਂ ਸਰਵੇ ਕਰਾਇਆ ਸੀ, 44 ਕਰੋੜ ਤੋਂ ਵੱਧ ਜਿਹੜੀਆਂ ਰਿਕਵਰੀ
ਸਾਨੂੰ ਕਰਨੀ ਪੈ ਰਹੀ ਹੈ, ਕਿਉਂਕਿ ਇਹ ਗਲਤ ਪੈਨਸ਼ਨਾਂ ਲੋਕ ਲੈ ਗਏ ਨੇ, ਉਹਦੀ ਵੀ ਗੱਲ ਕਰਦੇ ਹਾਂ। ਤੇ ਇੱਕ WHO ਨੇ ਰਿਪੋਰਟ ਦਿੱਤੀ ਹੈ, ਮਾੜੀ ਹੈ ਰਿਪੋਰਟ, ਕਹਿੰਦੇ ਵੀ ਜਿਹੜੇ 50% ਤੋਂ ਵੱਧ ਭਾਰਤੀ ਬਾਲਗ ਨੇ ਉਹ ਅਨਫਿਟ ਨੇ, ਇਹ ਜਿਹੜੀ ਉਹ ਕਹਿ ਰਿਹਾ ਹੈ। ਤੇ 197 ਦੇਸ਼ਾਂ ਦੀ ਰਿਪੋਰਟ ਦੇ ਵਿੱਚ ਉਹ ਇਹ ਲੈ ਕੇ ਆਏ ਨੇ ਜਿਹੜੀ ਫਾਈਂਡਿੰਗ ਨੇ ਉਹਨਾਂ ਦੀਆਂ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਮਾੜੀਆਂ ਖਬਰਾਂ ਆਏ ਵਾਰ ਕਹੀਦਾ ਪਰ ਫਿਰ ਆਉਂਦੀਆਂ ਨੇ, ਪੰਜਾਬ 'ਚ ਵੀ ਆ ਰਹੀਆਂ ਨੇ। ਹੁਣ ਅਮਰੀਕਾ ਦੇ ਵਿੱਚ 2 ਨੌਜਵਾਨ, ਏਕਮ ਸਿੰਘ 17 ਸਾਲ ਦਾ, ਮਹਿਤਾਬ ਸਿੰਘ 21 ਸਾਲ ਦਾ, ਇਹ ਦੋਨੇ ਹਰਿਆਣਾ ਦੇ ਸੀ, ਇਹ ਗਏ ਸੀ ਅਮਰੀਕਾ, ਕੈਲੀਫੋਰਨੀਆ ਦੀ ਇੱਕ ਝੀਲ ਦੇ ਵਿੱਚ। ਤੀਜਾ ਵੀ ਸਾਥੀ ਇਹਨਾਂ ਸੀ ਜਿਹੜਾ ਚਰਨਜੀਤ ਸਿੰਘ, ਉਹ 28 ਸਾਲ ਦਾ। ਇਹ ਦੋ ਬੱਚੇ ਜਿਹੜੇ ਨੇ, ਦੋ ਨੌਜਵਾਨ ਲੱਗੇ ਨੇ, ਬੜੀ ਮੁਸ਼ਕਿਲ ਨਾਲ ਗਏ ਸੀ, ਮੈਂ ਪੂਰੀ ਡਿਟੇਲ ਦੇਖੀ ਇਹਨਾਂ ਦੀ, 80 ਲੱਖ ਰੁਪਈਆ ਡੌਂਕੀ ਲਾ ਕੇ ਗਏ ਸੀ ਇਹਨਾਂ 'ਚ ਤਾਂ। ਤੇ ਉਹ ਸਾਰੀ ਗੱਲਬਾਤ ਆਪਾਂ ਅਗਲੇ ਹਿੱਸੇ 'ਚ ਕਰਦੇ ਹਾਂ। ਅੱਛਾ, ਇਹ ਗੱਲ ਇਹ ਨਹੀਂ, 20 ਜੂਨ ਨੂੰ ਵੀ 2 ਬੰਦਿਆਂ ਦੀ ਉੱਥੇ ਮੌਤ ਹੋਈ ਹੈ। ਤੋ ਇਹ ਖਬਰਾਂ ਜਦੋਂ ਆਉਂਦੀਆਂ ਨੇ ਦੁੱਖ ਹੁੰਦਾ। ਹੁਣ ਇੱਕ ਬੁੱਢਾ ਚਰਨਦੀਪ ਸਿੰਘ, ਉਹ ਨਿਆਗਰਾ ਫਾਲ ਦੇ ਵਿੱਚ ਉਹਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਮਤਲਬ ਉਹ ਵੀ ਇਕਲੌਤਾ ਬੇਟਾ ਸੀ, ਉਹਦੀ ਵੀ ਗੱਲ ਹੈ। ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅੰਮ੍ਰਿਤਸਰ ਦੇ ਵਿੱਚ ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ, ਰਾਜਪੁਰਾ ਦੇ ਕੋਲ ਇੱਕ ਜ਼ਮੀਨ ਨੂੰ ਲੈ ਕੇ 2 ਮੌਤਾਂ ਹੋਈਆਂ ਸੀ। ਕੱਲ੍ਹ ਅੰਮ੍ਰਿਤਸਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਮੌਤਾਂ, 5 ਬਹੁਤ ਗੰਭੀਰ ਜ਼ਖਮੀ ਨੇ। ਦੇਖੋ ਪਿਆਰੇ ਦਰਸ਼ਕੋ, ਜੋ ਕੁਛ ਕਿਸਾਨ ਅੰਦੋਲਨ ਦਾ, ਜਿਹਨੂੰ ਕਹਿੰਦੇ ਨੇ ਕਿਸਾਨ ਅੰਦੋਲਨ 2, ਜਗਜੀਤ ਸਿੰਘ ਡੱਲੇਵਾਲ ਤੇ ਸਰਬਜੀਤ ਸਿੰਘ ਕੰਧੇਰ, ਉਹ ਕਿਤੇ ਨਾ ਕਿਤੇ ਉਹ, ਮੈਂ ਨਹੀਂ ਕਹਿੰਦਾ ਕਿ ਉਹ ਅੰਦੋਲਨ ਅਸਫਲ ਹੋ ਗਿਆ, ਪਰ ਉਹ ਸਫਲ ਵੀ ਨਹੀਂ ਮੰਨਿਆ ਜਾ ਸਕਦਾ। ਹੁਣ ਤਾਂ ਉਹਦੇ ਵਿੱਚ ਇੱਕ ਹੋਰ ਵੀ ਜਿਹੜੀ ਵੱਡੀ ਪ੍ਰੋਬਲਮ ਖੜੀ ਹੋ ਗਈ ਕਿ ਲੋਕਲ ਲੋਕ 25-30 ਪਿੰਡਾਂ ਦੇ ਉਹਨਾਂ ਦੇ ਕਾਫੀ ਖਿਲਾਫ ਹੋਏ ਹੋਏ ਨੇ, ਤੇ ਉਹ ਰਸਤਾ ਖਲਾਉਣ ਦੀ ਗੱਲ ਕਰ ਰਹੇ ਨੇ। ਇਹ ਸਾਰੇ ਹਾਲਾਤ ਦੇ ਵਿੱਚ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ, ਤੇ ਉਹਨਾਂ ਨੇ ਵੀ ਕਿਹਾ ਕਿ ਇੱਕ ਪਾਸੇ ਵਾਲਾ ਰਸਤਾ ਖੋਲ ਦਿਓ ਤੁਸੀਂ, ਨਾ ਲੋਕਾਂ ਨੂੰ ਤੰਗ ਕਰੋ। ਤੇ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਾਫੀ ਹੱਦ ਤੱਕ ਉਹਦੇ ਨਾਲ ਸਹਿਮਤ ਹੋਇਆ ਜਾ ਸਕਦਾ। ਉਹ ਕਹਿੰਦੇ ਕਿ ਜਿਹੜੀ ਏਕਤਾ ਹੁੰਦੀ ਹੈ, ਇਕੱਠੇ ਹੋ ਕੇ ਲੜਨਾ, ਸਹਿਮਤੀ ਨਾਲ ਲੜਨਾ, ਇਹੀ ਜਿੱਤ ਵੱਲ ਨੂੰ ਲੈ ਕੇ ਜਾਂਦਾ ਹੈ। ਜੇ ਤੁਸੀਂ ਸਾਨੂੰ ਸਾਡੀ ਗੱਲ ਮੰਨੀ ਹੁੰਦੀ, ਸਾਡੀ ਪੇਸ਼ਕਸ਼ ਨੂੰ ਮੰਨਿਆ ਹੁੰਦਾ, ਕਿ ਸਾਨੂੰ ਨਾਲ ਲਿਆ ਹੁੰਦਾ, ਤਾਂ ਅਸੀਂ ਇਹ ਮੋਰਚਾ ਦਿੱਲੀ ਲਾਉਂਦੇ, ਇੱਥੇ ਨਾ ਬੈਠਦੇ। ਤੁਸੀਂ ਇਕੱਲਿਆਂ ਨੇ ਇਕੱਲੇ ਸਥਾਪਿਤ ਹੋਣਾ ਚਾਹੁੰਦੇ ਸੀ, ਇਸ ਕਰਕੇ ਤੁਸੀਂ ਇਹ ਕੀਤਾ ਹੈ। ਇਸ ਕਿਸਮ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਦੇਖੋ ਬਾਕੀ ਗੱਲਾਂ, ਰਾਜ ਕਹਿੰਦੇ ਸਾਨੂੰ, ਕਹਿੰਦੇ ਰਾਜਨੀਤੀ ਛੱਡ ਦਿਓ, ਕਿਉਂਕਿ ਜਗਜੀਤ ਸਿੰਘ ਡੱਲੇਵਾਲ ਤਾਂ ਉਹਨਾਂ ਦਾ ਮੋਰਚੇ ਦਾ ਨਾਮ ਹੀ ਜਿਹੜੀ ਜਥੇਬੰਦੀ ਦਾ ਗੈਰ ਰਾਜਨੀਤਿਕ ਹੈ, ਤੇ ਇਹ ਕਹਿੰਦੇ ਰਾਜਨੀਤੀ ਕਰਨਾ ਕੋਈ ਪਾਪ ਹੈ, ਰਾਜਨੀਤੀ ਕਿਉਂ ਨਾ ਕਰੀਏ। ਜੋ ਵੀ ਹੈ, ਗੁਰਨਾਮ ਸਿੰਘ ਚੜੂਨੀ ਦੀ ਇਸ ਗੱਲ ਚ ਦਮ ਹੈ ਕਿ ਤੁਸੀਂ ਇਕੱਲਿਆਂ ਨੇ ਜਿਹੜਾ ਹੈ ਮੋਰਚਾ ਲਾ ਕੇ ਗਲਤੀ ਕੀਤੀ, ਤੇ ਬਲਕਿ ਬਾਕੀ ਕਿਸਾਨਾਂ ਦਾ ਵੀ ਨੁਕਸਾਨ ਹੋਇਆ। ਖੈਰ, ਹੁਣ ਆਪਾਂ ਕਿਸਾਨਾਂ ਦੀ ਗੱਲ ਕੀਤੀ ਹੈ, ਬਹੁਤ ਸਾਰੇ ਦੇਸ਼ ਐਸੇ ਨੇ ਜਿਨ੍ਹਾਂ ਚ ਕਿਸਾਨ ਹੁੰਦੇ ਹੀ ਨਹੀਂ,
ਕੋਈ ਅਨਾਜ ਪੈਦਾ ਹੀ ਨਹੀਂ ਹੁੰਦਾ, ਉਹਨਾਂ ਚ ਥੋੜਾ ਜਿਹਾ ਇੱਕ ਦਾਣਾ ਵੀ ਅਨਾਜ ਦਾ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਦੇ ਦੇਸ਼ ਵੀ ਨੇ। ਤੁਸੀਂ ਦੇਖੋ ਪੰਜ ਦੇਸ਼ਾਂ ਦਾ ਜ਼ਿਕਰ ਮੈਂ ਕਰਦਾ, ਸਿੰਗਾਪੁਰ, ਗ੍ਰੀਨਲੈਂਡ, ਮੋਨਾਕੋ, ਕਤਰ ਤੇ ਵੈਟੀਕਨ ਸਿਟੀ। ਹੁਣ ਸਿੰਗਾਪੁਰ ਹੈ ਤੇ ਇਹਦੇ ਵਿੱਚ ਪੈਸੇ ਇਹਨਾਂ ਕੋਲ ਕੁਛ ਨਹੀਂ, ਬਿਲਡਿੰਗਾਂ ਚ ਵੱਡੀਆਂ ਇਮਾਰਤਾਂ ਨੇ, ਲੋਕ ਜਾਂਦੇ ਨੇ, ਸਾਡੇ ਲੋਕ ਵਿੱਚ ਰਹਿੰਦੇ। ਮਲੇਸ਼ੀਆ, ਵੀਤਨਾਮ, ਥਾਈਲੈਂਡ ਤੇ ਇੰਡੀਆ, ਇੱਥੋਂ ਮੰਗਵਾਉਂਦੇ ਨੇ ਖਾਣ ਪੀਣ ਦਾ ਸਾਰਾ ਸਮਾਨ, ਆਪਦਾ ਕੁਛ ਨਹੀਂ ਉਹਨਾਂ ਦਾ ਖਾਣ ਪੀਣ ਦਾ। ਤੇ ਇਸ ਤਰ੍ਹਾਂ ਗ੍ਰੀਨਲੈਂਡ, ਇਹ ਗ੍ਰੀਨਲੈਂਡ ਦਾ ਤਾਂ ਕੰਮ ਇਹ ਹੈ ਕਿਉਂਕਿ ਬਹੁਤ ਠੰਡਾ, 80% ਹਿੱਸਾ ਤਾਂ ਇਸ ਦੇਸ਼ ਦਾ ਬਰਫ਼ ਹੀ ਬਰਫ਼ ਹੈ, ਹੋਰ ਕੁਛ ਸਕਦੇ ਹੀ ਨਹੀਂ ਉੱਥੇ ਤਾਂ। ਤੇ ਇਸ ਕਰਕੇ ਆਬਾਦੀ ਵੀ ਘੱਟ ਆ ਉੱਥੇ, ਕੋਈ ਜ਼ਿਆਦਾ ਆਬਾਦੀ ਨਹੀਂ, ਤੇ ਉਹ ਵੀ ਇੱਧਰ ਉੱਧਰੋਂ ਅਨਾਜ ਲੈਂਦੇ ਨੇ। ਤੇ ਫੇਰ ਆ ਜਾਓ ਮੋਨਾਕੋ, ਅਮੀਰ ਦੇਸ਼ ਹੈ, ਕੁਝ ਇਹ ਵੀ ਵੱਡਾ ਨਹੀਂ ਹੈ, 2 ਵਰਗ ਕਿਲੋਮੀਟਰ ਚ ਹੀ ਹੈ, ਖੇਤੀ ਬਿਲਕੁਲ ਨਹੀਂ ਹੁੰਦੀ, ਬਾਹਰੋਂ ਅਨਾਜ ਮੰਗਵਾਉਂਦੇ ਨੇ। ਕਤਰ ਹੈ, ਇਹ ਰੇਗਿਸਤਾਨ ਹੈ, ਜਿਵੇਂ ਉੱਧਰ ਗ੍ਰੀਨ ਲੈਂਡ ਦੇ ਬਰਫ਼ ਹੀ ਬਰਫ਼ ਹੈ, ਇੱਧਰ ਗਰਮੀ ਬਹੁਤ ਹੈ, ਜ਼ਮੀਨ ਉਪਜਾਊ ਨਹੀਂ, ਮਿੱਟੀ ਮਿੱਟੀ ਹੈ, ਪਾਣੀ ਦੀ ਕਮੀ ਹੈ, ਮੌਸਮ ਬਹੁਤ ਗਰਮ ਹੈ, ਹੋਰ ਕੁਛ ਸਕਦਾ ਨਹੀਂ। ਇਹ ਵੀ ਬਾਹਰੋਂ ਮੰਗਾ ਕੇ ਕੰਮ ਚਲਾਉਂਦੇ ਨੇ। ਜਿਹੜੀ ਵੈਟੀਕਨ ਸਿਟੀ ਹੈ, ਦੁਨੀਆਂ ਦਾ ਸਭ ਤੋਂ ਛੋਟਾ ਸ਼ਹਿਰ ਕਹਿ ਲਓ, ਅਸਲ ਦੇ ਵਿੱਚ ਸ਼ਹਿਰ ਆ ਦੇਸ਼ ਇੱਕ ਸ਼ਹਿਰ ਵਾਲਾ ਦੇਸ਼ ਹੈ, ਇੱਥੇ ਜਿਹੜਾ ਹੈ ਪੋਪ ਦੀ ਰਿਹਾਇਸ਼ ਹੈ, ਉਹ ਸਿਟੀ ਹੈ, ਇਹ ਪਵਿੱਤਰ ਸਿਟੀ ਮੰਨਿਆ ਜਾਂਦਾ ਹੈ ਕ੍ਰਿਸਚੈਨਿਟੀ ਦੇ ਵਿੱਚ, ਈਸਾਈਆਂ ਦਾ ਸ਼ਹਿਰ, ਇੱਥੇ ਵੀ ਇੱਥੇ ਤਾਂ ਹੋਣਾ ਹੀ ਕੀ ਹੈ। ਤੇ ਇਹ ਪੰਜ ਦੇਸ਼ ਐਸੇ ਜਿਹੜਾ ਦੱਸੇ। ਹੁਣ ਆਪਾਂ ਗੱਲ ਕਰੀਏ, ਦੇਖੋ ਸਾਡਾ ਦੇਸ਼ ਬੜਾ ਮਹਾਨ ਹੈ, ਅਸੀਂ ਵੀ ਸਾਡਾ ਸੂਬਾ ਕਿਹੜਾ ਘੱਟ ਹੈ, ਜਿਹੜੇ ਬੰਦੇ ਮਰ ਜਾਂਦੇ ਨੇ ਉਹਨਾਂ ਦੀਆਂ ਪੈਨਸ਼ਨਾਂ ਵੀ ਚੱਲਦੀਆਂ ਨੇ, ਜਿਹੜੇ ਬੰਦੇ ਮਰ ਜਾਂਦੇ ਨੇ ਮੌਤ ਤੋਂ ਬਾਅਦ ਮ੍ਰਿਤਕਾਂ ਦੇ ਨਾਂ ਉੱਤੇ ਵੋਟਾਂ ਵੀ ਚੱਲਦੀਆਂ ਨੇ, ਪੈਨਸ਼ਨਾਂ ਵੀ ਚਲੀ ਜਾਂਦੀਆਂ, ਕਈ ਕਈ ਸਾਲ ਕੋਈ ਦੱਸਦੇ ਹੀ ਨਹੀਂ ਜਾ ਕੇ, ਨਾ ਕੋਈ ਸਰਵੇ ਹੁੰਦਾ। ਹੁਣ ਇੱਕ ਸਰਵੇ ਕਰਾਇਆ, ਜਿਹੜੀ ਪੰਜਾਬ ਸਟੇਟ ਜਿਹੜੀ ਪੈਨਸ਼ਨ ਹੈ, ਜਿਹੜੀ ਸਰਕਾਰੀ ਪੈਨਸ਼ਨ ਮਿਲਦੀ ਹੈ ਪੰਜਾਬ ਸਟੇਟ ਸਕੀਮ ਦੇ ਇੱਕ ਅਧੀਨ ਹੈ, ਸਰਕਾਰੀ ਪੈਨਸ਼ਨਰ, ਉਹਦੇ ਲਾਭਪਾਤਰੀ ਜਿਹੜੇ ਨੇ ਉਹ ਵੀ ਬਹੁਤ ਸਾਰੇ ਅਯੋਗ ਨਿਕਲੇ। ਇਹ ਡਾਕਟਰ ਬਲਜੀਤ ਕੌਰ ਜਿਹੜੇ ਕੈਬਨਿਟ ਮੰਤਰੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ, ਉਹਨਾਂ ਨੇ ਦੱਸਿਆ। ਇਹਦੇ ਚ ਕਹਿੰਦੇ ਵੀ 23-24 ਦੇ ਵਿੱਚ ਜਿਹੜੇ ਪੈਨਸ਼ਨ ਲੈ ਰਹੇ ਸੀ ਲੋਕ, ਉਹਨਾਂ ਚ 3 ਲੱਖ ਜਿਹੜੇ ਮਾਫ ਕਰਨਾ 1,07,571 ਇਹ ਲੋਕ ਜਿਹੜੇ ਸੀ, ਇਹ ਅਯੋਗ ਸੀ, ਇਹ ਹੈ ਹੀ ਨਹੀਂ, ਜਾਂ ਇਹ ਲਾਭਪਾਤਰੀਆਂ ਨੂੰ ਲਾਭ ਮਿਲਦਾ ਰਿਹਾ ਪਰ ਇਹ ਜਿਹੜੀ ਪੈਨਸ਼ਨ ਲੈਣ ਦੇ ਯੋਗ ਨਹੀਂ ਸੀ, ਜ਼ਿਆਦਾ ਗਿਣਤੀ ਤੇ ਚੱਲ ਚੁੱਕੇ ਸੀ, ਲੇਕਿਨ ਉਹਦੇ ਘਰ ਦੇ ਪੈਨਸ਼ਨ ਲਈ ਜਾਂਦੇ ਨੇ। ਮਤਲਬ ਹਾਲ ਤਾਂ ਇਹ ਹੋਇਆ ਪਿਆ, ਸਾਡੇ ਕੋਈ ਬਹੁਤ ਸਾਰੇ ਲੋਕ ਸਾਡੇ ਜਿਹੜੇ ਕੈਨੇਡਾ ਗਏ ਨੇ, ਉਹ ਇੱਧਰੋਂ ਵੀ ਪੈਨਸ਼ਨ, ਉੱਧਰੋਂ ਵੀ ਪੈਨਸ਼ਨ, ਤੇ ਇਸ ਕਰਕੇ ਡਬਲ ਪੈਨਸ਼ਨ ਦਾ ਵੀ ਲਾਭ ਲੈ ਰਹੇ ਨੇ। ਹੁਣ ਇਹਨਾਂ ਤੋਂ ਪੈਸੇ ਦੀ ਰਿਕਵਰੀ ਕੀਤੀ ਗਈ ਹੈ 41 ਕਰੋੜ ਤੋਂ ਵੱਧ ਦੀ, ਇਹ ਉਹਨਾਂ ਨੇ ਦੱਸਿਆ। ਤੇ ਹੁਣ ਇਹ ਸਾਲ ਵੀ ਤਾਂ ਪਿਛਲੇ 24-25 ਦੇ ਅਪ੍ਰੈਲ ਦੇ ਵਿੱਚ ਇੱਕ ਸਰਵੇ ਦੀ ਰਿਪੋਰਟ ਦੱਸਦੀ ਹੈ 3,797
ਲਾਭਪਾਤਰੀ ਉਹ ਵੀ ਅਯੋਗ ਨੇ, ਉਹਨਾਂ ਨੂੰ ਵੀ ਪੈਨਸ਼ਨ ਜਿਹੜੀ ਹੈ ਉਹਨਾਂ ਤੋਂ ਵੀ 3,12,00,000 ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਮਤਲਬ ਕਿ ਟੋਟਲ 44 ਕਰੋੜ ਤੋਂ ਵੱਧ ਗਲਤਾ ਕੀ ਹੈ ਕਿ ਦੇਖੋ ਤੁਸੀਂ ਹੇਰਾ ਫੇਰੀ ਤਾਂ ਅਸੀਂ ਕਾਰਡ, ਨੀਲੇ ਕਾਰਡ, ਪੀਲੇ ਕਾਰਡ, ਲਾਭ ਜਿੱਥੋਂ ਵੀ ਮਿਲਦਾ ਉਹਦੇ ਵਿੱਚ ਅਸੀਂ ਪਰਵਾਹ ਹੀ ਨਹੀਂ ਕਰਦੇ ਝੂਠ ਬੋਲਣ ਦੀ, ਇਹ ਤਾਂ ਆਪਾਂ ਦੇਖਿਆ, ਬਲਕਿ ਵੋਟਰਾਂ ਨੂੰ ਲੁਭਾਉਣ ਲਈ ਉਹਨਾਂ ਦੇ ਕਾਰਡ ਕੂਡ ਬਣਾਈ ਜਾਂਦੇ ਸੀ। ਇੱਕ ਮੈਂ ਤੁਹਾਨੂੰ ਦੱਸਿਆ ਸੀ WHO ਜਿਹੜੀ ਵਿਸ਼ਵ ਸਿਹਤ ਸੰਗਠਨ ਜਾਂ ਐਂ ਕਹਿ ਲਓ ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਨੇ ਇੱਕ ਦੱਸਿਆ ਜਿਹੜੇ ਹੈ ਅਧਿਐਨ ਦੇ ਵਿੱਚ, ਉਹ ਇੱਕ ਮੈਡੀਕਲ ਜਰਨਲ ਹੈ, ਪਤਾ ਕਿਵੇਂ ਲੱਗਦਾ ਹੁੰਦਾ ਨਾ, ਜਰਨਲ ਚ ਰਿਪੋਰਟ ਜਦੋਂ ਛਪਦੀ ਹੈ ਉੱਥੋਂ ਪਤਾ ਲੱਗਦਾ ਹੈ, ਦੀ ਲਾਸੈਂਟ ਗਲੋਬਲ ਹੈਲਥ ਇਹਦੇ ਵਿੱਚ ਛਪੀ ਹੈ ਰਿਪੋਰਟ। ਉਹਦੇ ਚੋਂ ਕਹਿੰਦੇ 197 ਦੇਸ਼ਾਂ ਦੀ ਇਹ ਉਹਨਾਂ ਨੇ ਸਰਵੇ ਕੀਤਾ 2000 ਤੋਂ ਲੈ ਕੇ 2022 ਤੱਕ। ਉਹ ਇਹ ਕਹਿ ਰਹੇ ਨੇ ਕਿ 50% ਜਿਹੜੇ ਭਾਰਤੀ ਬਾਲਗ ਨੇ ਉਹ ਅਨਫਿਟ ਨੇ, ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦੇ। ਇਹ ਉਹਨਾਂ ਦੱਸਿਆ ਕਿ 22 ਦੀ ਰਿਪੋਰਟ ਇਹ ਕਹਿੰਦੀ ਹੈ ਕਿ 52% ਜਿਹੜੇ ਔਰਤਾਂ ਤੇ 38% ਮਰਦ ਕੋਈ ਵੀ ਸਰੀਰਕ ਕੋਈ ਫਿਜ਼ੀਕਲ ਕੰਮ ਕਰਕੇ ਖੁਸ਼ ਨਹੀਂ ਹੁੰਦੇ, ਇਹ ਦੱਸਿਆ ਗਿਆ। ਤੇ ਇਹ ਕਹਿੰਦੇ ਨੇ ਜਿਹੜੇ ਬਹੁਤ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੀ ਤਾਂ ਗੱਲ ਅਲੱਗ ਹੈ, ਲੇਕਿਨ ਜਿਹੜੇ ਬਾਲ ਕੰਮ ਕਰ ਸਕਦੇ ਨੇ ਉਹ ਕਿਉਂ ਨਹੀਂ ਕੰਮ ਕਰਦੇ, ਇਹ ਉਧਰ ਪਾਸੇ ਨੂੰ ਰਿਪੋਰਟ ਇਸ਼ਾਰਾ ਕਰਦੀ ਹੈ। ਵੈਸੇ ਕਹਿੰਦੇ ਵੀ ਇਹ ਗਿਣਤੀ ਜਿਹੜੀ ਹੈ 2000 ਚ 22% ਸੀ, ਮੈਂ ਰਾਉਂਡ ਫਿਗਰ ਦੱਸ ਰਿਹਾ, ਤੇ ਇਹ ਵੱਧ ਸਕਦੀ ਹੈ 30 ਤੱਕ, 2030 ਚ ਇਹ 55% ਹੋ ਸਕਦੀ, ਜਿਹੜੀ ਜਿਹੜੀ ਔਰਤਾਂ ਨੇ ਉਹ 22%, ਮਰਦ ਜਿਹੜੇ ਨੇ ਉਹ 23%, ਟੋਟਲ 45%, 10% ਵੱਧ ਸਕਦੇ ਨੇ ਜਿਹੜੇ ਕੰਮ ਨਹੀਂ ਕਰਦੇ, ਫਿਰ ਇਹਦਾ ਨੁਕਸਾਨ ਕੀ ਹੁੰਦਾ ਨਾ ਕੰਮ ਕਰਨ ਦਾ। ਇਹ ਰਿਪੋਰਟ ਇਹ ਕਹਿੰਦੀ ਹੈ ਦਿਲ ਦੇ ਰੋਗ ਹੋ ਜਾਂਦੇ ਨੇ ਉਹਨਾਂ, ਸ਼ੂਗਰ ਹੋ ਜਾਂਦੀ ਹੈ, Type 2 ਸ਼ੂਗਰ, ਤੇ ਯਾਦਾਸ਼ਤ ਚਲੀ ਜਾਂਦੀ ਹੈ, ਤੇ ਕਈ ਕਈ ਥਾਵਾਂ ਤੇ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਜ਼ਿਕਰ ਵੀ ਕੀਤਾ ਹੈ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ। ਖਬਰਾਂ ਮਾੜੀਆਂ ਨੇ, ਹਰ ਰੋਜ਼ ਆਉਂਦੀਆਂ ਨੇ, ਰੋਕਣ ਦੇ ਬਾਵਜੂਦ ਨਹੀਂ ਰੋਕਦੇ। ਮੈਂ ਇਹ ਕਹਿਣਾ ਕਿ ਇਹ ਮੌਸਮ ਦੇ ਵਿੱਚ, ਮੌਸਮ ਬਹੁਤ ਗਰਮ ਹੈ, ਅਮਰੀਕਾ ਚ ਵੀ ਗਰਮੀ ਹੈ, ਔਰ ਇਬਰਾਹਿਮ ਲਿੰਕਨ ਦਾ ਬੁੱਤ ਹੀ ਪਿਘਲ ਗਿਆ ਸੀ, ਮੈਂ ਤੁਹਾਨੂੰ ਖਬਰ ਦੱਸੀ ਸੀ, ਜਿਹੜੀ ਕਿ ਉੱਥੇ ਮੋਮ ਦੇ ਬੁੱਤ ਬਣਾ ਕੇ, ਉਹਨਾਂ ਨੂੰ ਕੀ ਪਤਾ ਸੀ ਕਦੇ ਇੰਨੀ ਗਰਮੀ ਪਊ। ਇੰਗਲੈਂਡ ਦੇ ਵਿੱਚ ਜਦੋਂ ਪਾਰਾ 26% ਹੋਇਆ ਸੀ, ਆਹ ਹੁਣ ਪਿੱਛੇ ਜੇ ਪਿਛਲੇ ਹਫ਼ਤੇ ਉਹਨਾਂ ਨੇ ਅਲਰਟ ਜਾਰੀ ਕਰਤਾ ਸੀ ਕਿ ਇੰਨੀ ਗਰਮੀ ਪੈ ਰਹੀ ਹੈ, ਤਾਂ ਗਰਮੀ ਮੌਸਮ ਸਾਰੇ ਕਿਤੇ, ਗਰਮੀ ਇੱਥੇ ਵੀ ਬਹੁਤ ਪਈ ਹੈ। ਹੁਣ ਇਸ ਗਰਮੀ ਵਿੱਚ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਹੈ, ਕਿਤੇ ਵੀ ਲੋਕ ਪਾਣੀ ਵੱਲ ਨੂੰ ਖਿੱਚੇ ਜਾਂਦੇ, ਤੇ ਲੇਕਿਨ ਜਿਹੜੇ ਅਮਰੀਕਾ ਚ ਗਏ ਨੇ ਉਹ ਵੀ, ਉੱਥੇ ਝੀਲਾਂ ਬਹੁਤ ਹੁੰਦੀਆਂ ਨੇ, ਉੱਥੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਰਿਆਣਾ ਦੇ 2 ਨੌਜਵਾਨ, ਏਕਮ ਸਿੰਘ ਸਿਰਫ 17 ਸਾਲ ਦੀ ਉਮਰ ਹੈ, ਮਹਿਤਾਬ ਸਿੰਘ 21 ਸਾਲ ਦੀ ਉਮਰ ਹੈ, ਤੇ ਉਹਨਾਂ ਨਾਲ ਕਮਰੇ, 3 ਬੰਦੇ ਕਮਰੇ ਚ ਰਹਿੰਦੇ ਸੀ ਇਹ, ਕੁਛ ਚਰਨਜੀਤ ਸਿੰਘ ਉਹ 28 ਵਰਿਆਂ ਦਾ, ਉਹ ਸੀਨੀਅਰ ਸੀ ਇਹਨਾਂ, ਇਹ ਗਏ ਕੈਲੀਫੋਰਨੀਆ ਦੀ ਇੱਕ ਝੀਲ ਦੇ ਵਿੱਚ ਨਹਾਉਣ। ਉੱਥੇ
ਇਹ ਜਿਹੜਾ ਹੈ ਏਕਮ ਡੁੱਬਣ ਲੱਗਿਆ, ਜਿਹੜਾ ਸਭ ਤੋਂ ਛੋਟਾ ਉਹਨੂੰ ਬਚਾਉਣ ਦੇ ਚੱਕਰ ਚ ਮਹਿਤਾਬ ਡੁੱਬ ਗਿਆ, ਬਚ ਗਿਆ ਜਿਹੜਾ ਬਾਹਰ ਆ ਗਿਆ ਉਹ ਜਿਹੜਾ ਚਰਨਜੀਤ ਸਿੰਘ, ਉਹ ਬਚਿਆ ਇਕੱਲਾ ਇੱਕ ਬਚਿਆ। ਤੇ ਹੁਣ ਤੁਸੀਂ ਦੇਖੋ ਜਿਹੜਾ ਮਹਿਤਾਬ ਦਾ ਪਿਤਾ ਮੈਂ ਉਹਦੀ ਰਿਪੋਰਟ ਦੇਖ ਰਿਹਾ ਸੀ, ਗੁਲਾਬ ਸਿੰਘ ਕਹਿੰਦਾ ਸਾਲ ਪਹਿਲਾਂ ਗਿਆ ਸੀ, ਡੰਕੀ ਰੂਟ ਰਾਹੀਂ ਗਿਆ ਸੀ ਔਰ 40 ਲੱਖ ਰੁਪਇਆ ਲੱਗਿਆ, ਦੋਨਾਂ ਦੇ 80 ਲੱਖ ਰੁਪਇਆ ਲੱਗ ਗਏ ਸੀ ਇੱਥੋਂ, ਤੇ ਇਕਲੌਤੇ ਦੋਨੇ ਇਕਲੌਤੇ ਬੱਚੇ ਆਪਦੇ ਘਰਦਿਆਂ ਦੇ। ਤੇ ਚੱਲ ਬਸ ਹੁਣ ਤੁਸੀਂ ਏਕਮ ਵੀ 14 ਕੁ ਮਹੀਨੇ ਪਹਿਲਾਂ ਗਿਆ, 1.25 ਸਾਲ ਪਹਿਲਾਂ ਗਿਆ ਸੀ। ਤੋ ਇਹ ਜਿਨ੍ਹਾਂ ਦੇ ਬੱਚੇ ਵੀ ਬਾਹਰ ਪੜ੍ਹਦੇ ਨੇ, ਬਾਹਰ ਰਹਿੰਦੇ ਨੇ, ਉਹ ਵਾਰ ਵਾਰ ਆਪਦੇ ਬੱਚਿਆਂ ਨੂੰ ਇਹ ਗੱਲ ਯਾਦ ਕਰਾਉਣ, ਭਾਈ ਨਹੀਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਜਾਣਾ। ਇਹ ਪਹਿਲਾਂ ਵੀ 20 ਜੂਨ ਨੂੰ ਵੀ 20 ਜੂਨ ਨੂੰ ਕੈਥਰ ਦੇ ਦੋ ਨੌਜਵਾਨ ਉੱਥੇ ਡੁੱਬੇ ਨੇ, ਜਿਹੜੀ ਵਾਰ ਵਾਰ ਰਹੇ ਆ ਉੱਥੇ, ਸਚਿਨ ਤੇ ਪ੍ਰਗਟ ਸਿੰਘ ਦੋ ਨੌਜਵਾਨ ਉਦੋਂ ਗਏ ਸੀ। ਤੋ ਬੜਾ ਮਾੜੀਆਂ ਖਬਰਾਂ ਜਦੋਂ ਆਉਂਦੀਆਂ ਨੇ ਦੁੱਖ ਹੁੰਦਾ। ਤੇ ਇਸ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਨਾਇਗਰਾ ਫਾਲ, ਉੱਥੇ ਨਾਇਗਰਾ ਕਾਲਜ 'ਚ ਇੱਕ ਮੁੰਡਾ ਪੜ੍ਹਦਾ ਸੀ, ਉਹਦੀ ਰਿਪੋਰਟ 1 ਹਫ਼ਤੇ ਤੋਂ ਪਤਾ ਹੀ ਨਹੀਂ ਸੀ ਵੀ ਉਹ ਕਿੱਥੇ ਹੈ, ਲਾਪਤਾ ਸੀ। ਤੇ ਹੁਣ ਪਤਾ ਲੱਗਿਆ ਜਦੋਂ ਪੁਲਿਸ ਨੇ ਦੱਸਿਆ ਕਿ ਉਹਦੀ ਡੈਡ ਬੋਡੀ ਨਾਗਰਾ ਫਾਲ ਤੋਂ ਮਿਲੀ, ਉਹ ਸੀਸੀਟੀਵੀ ਚੋਂ ਪਤਾ ਲੱਗਿਆ, ਉਹਨੇ ਮੋਬਾਈਲ ਰੱਖਿਆ, ਉਹ ਜੰਪ ਕਰ ਜੰਪ ਮਾਰ ਕੇ ਖੁਦਕੁਸ਼ੀ ਕਰ ਲਈ। ਤੇ ਕਹਿੰਦੇ ਨੇ ਕਿ ਦੋਸਤ ਤੰਗ ਕਰਦੇ ਸੀ ਤਾਂ ਕਰਕੇ ਕੀਤੀ ਹੈ, ਤਾਂ ਹੁਣ ਜਾਂਚ ਦੱਸੂਗੀ। ਬੰਦਾ ਤਾਂ ਚਲਿਆ ਗਿਆ ਇਸ ਕਿਸਮ ਦੀਆਂ। ਤੇ ਆ ਹੁਣ ਤੁਹਾਨੂੰ ਦੱਸਿਆ ਕੱਲ ਰਾਜਪੁਰੇ ਇੱਕ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ, ਤੇ ਹੁਣ ਜਿਹੜੀ 40 ਸਾਲ ਪਹਿਲਾਂ ਵੰਡੀ ਜਾ ਚੁੱਕੀ ਸੀ ਜ਼ਮੀਨ, ਉਸ ਨੂੰ ਲੈ ਕੇ ਫਿਰ ਝਗੜਾ ਹੋ ਗਿਆ। ਤੇ ਦੋ ਬੰਦਿਆਂ ਨੂੰ, ਜਿਹੜੀ ਇੱਕ ਘਰ ਦੀ ਔਰਤ ਗਈ ਜਦੋਂ ਜ਼ਮੀਨ ਵਾਹ ਰਹੀ ਸੀ, ਉਹਦੇ ਅਗਲੇ ਨੇ ਗੋਲੀ ਚਲਾ ਤੀ, ਨਜਾਇਜ਼ ਅਸਲਾ ਸੀ। ਦੋ ਤਾਂ ਨੌਜਵਾਨ ਰਾਤ ਦੀ ਨਾਲ ਮਾਰੇ ਗਏ, 4-5 ਜ਼ਖਮੀ ਨੇ, 4 ਤਾਂ ਕਹਿੰਦੇ ਕਾਫੀ ਸੀਰੀਅਸ ਨੇ। ਸੋ ਇਸ ਤਰ੍ਹਾਂ ਦੇ ਹਾਲਾਤ ਨੇ, ਹਰ ਰੋਜ਼ ਕੁਛ ਨਾ ਕੁਛ ਮਾੜੀ ਖਬਰ ਜਿਹੜੀ ਹੈ ਮਿਲਦੀ ਹੈ। ਹਾਂ ਮੈਂ ਤੁਹਾਨੂੰ ਇੱਕ, ਕਿਉਂਕਿ ਟਾਈਮ ਹੋ ਰਿਹਾ ਜਾਣ ਦਾ, ਲੇਕਿਨ ਮੈਂ ਤੁਹਾਨੂੰ ਹਾਕੀ ਦੀ ਗੱਲ, ਕ੍ਰਿਕਟ ਦੀ ਵੀ ਕੀਤੀ ਹੈ ਪਰ ਕ੍ਰਿਕਟ ਦੇ ਤੋਂ ਨਾਲੋਂ ਹਾਕੀ, ਕਿਉਂਕਿ ਪੰਜਾਬੀਆਂ ਦੀ ਪਿਆਰੀ ਖੇਡ ਹੈ। 10 ਖਿਡਾਰੀ ਇੰਡੀਆ ਦੀ ਟੀਮ 'ਚ ਨੇ। ਵੈਸੇ ਜਦੋਂ ਟੋਕੀਓ ਓਲੰਪਿਕ 'ਚ ਗਏ ਸੀ ਜਿੱਥੇ ਬ੍ਰੋਂਜ ਜਿੱਤ ਕੇ ਆਏ ਨੇ ਖਿਡਾਰੀ, ਉਦੋਂ 11 ਪੰਜਾਬੀ ਸੀ, ਇਸ ਵਾਰ 10 ਪੰਜਾਬੀ ਨੇ। ਹਰਮਨਪ੍ਰੀਤ ਸਿੰਘ ਕਪਤਾਨ ਹੈ, ਹਾਰਦਿਕ ਸਿੰਘ ਉਪ ਕਪਤਾਨ ਹੈ, ਮਨਪ੍ਰੀਤ ਸਿੰਘ ਸਾਬਕਾ ਕਪਤਾਨ, ਤਿੰਨ ਤਾਂ ਇਹੀ ਨੇ। ਫਿਰ ਜਸ਼ਨਪ੍ਰੀਤ ਹੈ, ਸ਼ਮਸ਼ੇਰ ਹੈ, ਸੁਰਜੀਤ ਹੈ, ਮਨਦੀਪ ਹੈ, ਗੁਰਜੰਟ ਹੈ, ਜਗਰਾਜ, ਕ੍ਰਿਸ਼ਨ ਬਹਾਦਰ ਪਾਠਕ ਹੈ। ਇਹ ਪੰਜਾਬ ਦੇ ਖਿਡਾਰੀ ਨੇ, 4 ਖਿਡਾਰੀ ਤਾਂ ਮਿੱਠੂਪੁਰ ਤੇ ਨੇ ਜਾਂ ਜਲੰਧਰ ਦੇ ਕਰਨ। ਸੋ ਪੰਜਾਬ ਹਾਕੀ ਤਾਂ ਪੰਜਾਬੀ ਦੀ ਖੇਡ ਹੀ ਕਹਿ ਸਕਦੇ ਹਾਂ। ਸੋ ਪਹਿਲੇ ਦਰਸ਼ਕੋ, ਖਬਰਾਂ ਦਾ ਸਿਲਸਿਲਾ ਇੱਥੇ ਹੀ ਸਮਾਪਤ ਕਰਨਾ ਪੈਣਾ ਕਿਉਂਕਿ ਵਕਤ ਹੋ ਗਿਆ। ਮਿਲਦੇ ਹਾਂ ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਦੇ ਵਿੱਚ, ਤੇ ਜਾਂ ਫਿਰ ਅੱਜ 5:30 ਵਜੇ ਸ਼ਾਮ ਨੂੰ ਚਰਚਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰ ਤੇ ਨਜ਼ਰ, ਹਾ ਹਾ।